ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੀ ਤੁਹਾਡੀ ਆਪਣੀ ਦੋਸਤ ਅਮਨ ਬਾਈ ਆ। ਮੈਂ ਲੈ ਕੇ ਆਈ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਜ਼ਿੰਦਗੀ ਦਾ ਸਫ਼ਰ। ਅੱਜ ਮੇਰੇ ਨਾਲ ਨੇ ਜੀ ਮਨੀ ਔਜਲਾ ਜੀ। ਵੈਲਕਮ ਟੂ ਮਨੀ ਔਜਲਾ ਜੀ। ਥੈਂਕ ਯੂ ਜੀ ਅਮਨ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਨੀ ਔਜਲਾ ਜੀ, ਅੱਜ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਹੋ, ਤੁਹਾਡਾ ਇਸ ਲਈ ਬਹੁਤ ਬਹੁਤ ਥੈਂਕਸ ਹੈ ਜੀ। ਤੁਹਾਨੂੰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ, ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਹੋ। ਅੱਜ ਅਸੀਂ ਕੁਛ ਤੁਹਾਡੀ ਜ਼ਿੰਦਗੀ ਦੀਆਂ ਗੱਲਾਂ ਕਰਾਂਗੇ, ਤੁਹਾਡੀ ਜ਼ਿੰਦਗੀ ਦੇ ਸਫ਼ਰ ਦੀਆਂ, ਕੁਛ ਤੁਹਾਡੇ ਦਿਲ ਦੀਆਂ, ਕੁਛ ਕੋਸ਼ਿਸ਼ ਕਰਾਂਗੇ ਥੋੜ੍ਹੇ ਜਿਹੇ ਰਾਜ਼ ਬਾਹਰ ਕੱਢਣ ਦੀਆਂ। ਸ਼ਾਇਦ ਨਾ ਵੀ ਪਤਾ ਹੋਣ ਅੱਜ ਤੱਕ ਕਿਸੇ ਨੂੰ। ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਕੁਛ ਦੱਸੋ। ਆਪਣੇ ਬਾਰੇ ਕੀ ਦੱਸਾਂ ਜੀ, ਸਾਰਿਆਂ ਨੂੰ ਪਤਾ ਹੀ ਹੈ ਮੇਰਾ, ਮੈਂ ਇੱਕ ਖੁੱਲ੍ਹੀ ਕਿਤਾਬ ਹਾਂ। ਸੋ ਮਨੀ ਔਜਲਾ ਮੇਰਾ ਨਾਮ ਹੈ ਅਤੇ ਸਰੋਤਿਆਂ ਦਾ ਬਣਾਇਆ, ਇਹਨਾਂ ਨੇ ਪਿਆਰ ਦਿੱਤਾ ਤਾਂ ਅੱਜ ਮਨੀ ਔਜਲਾ ਐਗਜ਼ਿਸਟ ਕਰਦਾ। ਕੁਛ ਇੱਦਾਂ ਦਾ ਜੋ ਤੁਹਾਨੂੰ ਲੱਗਦਾ ਕਿ ਨਹੀਂ ਵੀ ਮਨੀ ਔਜਲਾ ਇਹ ਵੀ ਹੈਗਾ, ਸਿਰਫ ਉਹ ਹੀ ਨਹੀਂ ਹੈਗਾ ਜੋ ਅਸੀਂ ਦਿਖਾ ਰਹੇ ਹਾਂ? ਨਹੀਂ, ਮੈਂ ਜਿੱਦਾਂ ਦਾ ਦਿਖਦਾ ਹਾਂ, ਜਿੱਦਾਂ ਦਾ ਮੈਂ ਨੋਰਮਲ ਜ਼ਿੰਦਗੀ 'ਚ ਰਹਿੰਦਾ ਹਾਂ, ਉੱਦਾਂ ਦਾ ਹੀ ਮੈਂ ਟੀ ਵੀ 'ਤੇ ਰਹਿੰਦਾ ਹਾਂ, ਉੱਦਾਂ ਦਾ ਹੀ ਸਰੋਤਿਆਂ ਨਾਲ। ਮੈਂ ਕੋਈ ਬਾਹਲਾ ਮੇਰੇ 'ਚ ਮੈਂ ਉਹ ਨਹੀਂ ਵੀ ਹਾਂ ਮੈਂ ਘਰ ਕੁਛ ਹੋਰ ਹਾਂ ਅਤੇ ਬਾਹਰ ਕੁਛ ਹੋਰ ਹਾਂ, ਮੈਂ ਸੇਮ ਹੀ। ਨਹੀਂ, ਕਈ ਵਾਰੀ ਹੁੰਦਾ ਨਾ ਕਿ ਬੰਦਾ ਜੇ ਕੈਮਰੇ ਦੇ ਸਾਹਮਣੇ ਕੁਛ ਹੋਰ ਦੇਖਦਾ ਆ, ਬਟ ਕੈਮਰੇ ਦੇ ਪਿੱਛੇ ਕੁਛ ਹੋਰ ਹੀ ਹੁੰਦਾ। ਮੂਹਰੇ ਵੀ ਇੱਕੋ ਆਵਾਂ ਤਾਂ ਪਿੱਛੇ ਵੀ ਇੱਕੋ। ਕਦੀ ਇੱਦਾਂ ਹੋਇਆ ਵੀ ਕਿਸੇ ਨੇ ਕਿਹਾ ਹੋਵੇ ਹਾਂ ਵੀ ਮਨੀ ਨਹੀਂ ਆਹ ਨਹੀਂ ਸਹੀ ਹੈਗਾ, ਵੀ ਤੂੰ ਇੱਦਾਂ ਦਾ ਨਹੀਂ ਹੈਗਾ, ਵੀ ਤੂੰ ਇੱਦਾਂ ਕਿਉਂ ਕਰ ਰਿਹਾ? ਉਹ ਇੱਕ ਮੈਂ ਬਾਹਲਾ ਅਰਬਨ ਜਿਹਾ ਗਾਣਾ ਬਣਾਉਣ ਲੱਗਿਆ ਸੀਗਾ, ਜ਼ਿਆਦਾ ਹੀ ਮੇਰਾ ਅਰਬਨ ਗਾਣਾ, ਅਤੇ ਉਹ ਮੈਨੂੰ ਮੇਰਾ ਮਿੱਤਰ ਆ ਉਹ ਕਹਿੰਦਾ ਬਾਈ ਯਾਰ ਤੂੰ ਇਹ ਰਹਿਣ ਹੀ ਦੇ, ਤੂੰ ਜੇ ਜਿਹਾ ਹੈਗੇ ਨਾ ਦੇਸੀ ਜਾ ਉੱਦਾਂ ਠੀਕ ਆ। ਮੈਂ ਕਿਹਾ ਠੀਕ ਆ, ਗੱਲ ਖਤਮ। ਨਹੀਂ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਤੁਹਾਡੀ ਪਰਸਨੈਲਿਟੀ ਹੈ, ਤੁਹਾਨੂੰ ਸੀਰੀਅਸ ਰੋਮਾਂਟਿਕ ਕਿੱਦਾਂ ਦੇ ਗਾਣੇ ਤੁਹਾਨੂੰ ਲੱਗਦਾ ਕਿ ਤੁਹਾਡੀ ਪਰਸਨੈਲਿਟੀ ਨੂੰ ਮੈਚ ਕਰਦੇ ਆ? ਮੈਂ ਬੇਸਿਕਲੀ ਕੋਈ ਵੀ ਗੀਤ ਹੁੰਦਾ, ਦੇਖੋ ਕਲਾਕਾਰ ਉਹ ਆ ਜਿਹੜਾ ਹਰੇਕ ਚੀਜ਼ ਨੂੰ ਗਾ ਸਕੇ, ਪਰ ਹਰ ਤਰੀਕੇ ਦਾ ਗਾਣਾ ਗਾਉਣਾ ਵੀ ਚਾਹੀਦਾ। ਪਰ ਉਹਦੇ ਵਿੱਚ ਇਹ ਆ ਸਮੇਂ ਦੇ ਹਿਸਾਬ ਨਾਲ, ਸਮੇਂ ਦੇ ਹਿਸਾਬ ਨਾਲ, ਉਸ ਟਾਈਮ ਦੇ ਦੌਰ ਦੇ ਹਿਸਾਬ ਨਾਲ ਕਿੱਦਾਂ ਦੀ ਚੀਜ਼ ਜਿਹੜੀ ਹੈ ਸਰੋਤਿਆਂ ਨੂੰ ਪਸੰਦ ਆਉਣੀ ਹੈ, ਕਿੱਦਾਂ ਦੀ ਚੀਜ਼ ਜਿਹੜੀ ਚੰਗੀ ਲੱਗਣੀ ਹੈ, ਉਹ ਤੁਸੀਂ ਵਕਤ ਕਦੋਂ ਕੀ ਕਰਨਾ ਇਹ ਜ਼ਰੂਰ ਪਤਾ। ਪਰ ਕਈ ਵਾਰੀ ਹੁੰਦਾ ਨਾ ਕਿ ਕਈਆਂ ਨੂੰ ਕਹਿ ਲਓ ਕਿ ਇੱਕ ਛੋਟਾ ਜਿਹਾ ਵਹਿਮ ਹੀ ਹੁੰਦਾ ਕਿ ਨਹੀਂ ਜੇ ਮੈਂ ਇੱਦਾਂ ਦਾ ਗਾਣਾ ਗਾਵਾਂਗਾ ਤਾਂ ਹੀ ਮੇਰਾ ਗਾਣਾ ਵੀ ਹਿੱਟ ਜਾਏਗਾ, ਮੈਂ ਵੀ ਚਾਹਾਂਗਾ, ਨਹੀਂ ਤਾਂ ਨਹੀਂ। ਨਹੀਂ, ਇੱਦਾਂ ਦਾ ਕੁਛ ਨਹੀਂ ਹੁੰਦਾ। ਦੇਖੋ ਇੱਕ ਗਾਇਕ, ਇੱਕ ਕਲਾਕਾਰ, ਕਲਾ ਤਾਂ ਹੀ ਹੈ ਜੇ ਤੁਸੀਂ ਹਰ ਚੀਜ਼ 'ਚ ਆਪਣਾ ਲਾਈਕ ਹਰ ਕੰਮ ਕਰ ਸਕੋ। ਤੁਹਾਨੂੰ ਇਹ ਇੱਕ ਸੈਡ ਸੌਂਗ ਹੈ, ਮੈਂ ਸੈਡ ਸੌਂਗ ਗਾ ਸਕਾਂ, ਕੋਈ ਲੋਕ ਗੀਤ ਆ ਮੈਂ ਲੋਕ ਗੀਤ ਗਾ ਸਕਾਂ, ਕੋਈ ਫੋਕ ਸੌਂਗ ਆ ਮੈਂ ਫੋਕ ਗਾ ਸਕਾਂ, ਕੋਈ ਰੋਮਾਂਟਿਕ ਆ ਰੋਮਾਂਟਿਕ ਗਾ ਸਕਾਂ, ਕੋਈ ਚਕਮਾ ਜਾਇਆ ਉਹ ਵੀ ਗਾ ਸਕਾਂ, ਤਾਂ ਸਵਾਦ ਤਾਂ ਉਸੇ ਚੀਜ਼ ਦਾ। ਮਤਲਬ ਐਕਸਪੀਰੀਅੰਸ ਕਰਦੇ ਹੀ ਰਹਿੰਦੇ, ਨਵੇਂ ਨਵੇਂ ਐਕਸਪੈਰੀਮੈਂਟ ਐਂਡ ਐਕਸਪੀਰੀਅੰਸ। ਤੋਂ ਤੁਹਾਨੂੰ ਐਕਸਪੈਰੀਮੈਂਟ ਨਹੀਂ ਕਰੋਗੇ, ਇੱਕ ਚੀਜ਼ ਗਾਈ ਜਾਓਗੇ ਉਹ ਆਪ ਵੀ ਬੋਰ ਹੋਵੋਗੇ। ਐਕਸਪੈਰੀਮੈਂਟ ਆਉਂਦੇ ਰਹਿਣਗੇ, ਸਵਾਦ ਵੀ ਆਉਂਦਾ, ਪਤਾ ਵੀ ਲੱਗਦਾ ਜ਼ਿੰਦਗੀ 'ਚ ਖੜੇ ਕਿੱਥੇ। ਨਹੀਂ, ਪਰ ਜਦੋਂ ਤੁਸੀਂ ਸ਼ੋਜ਼ ਕਰਦੇ ਹੋ ਤੁਹਾਨੂੰ ਕੀ ਲੱਗਦਾ ਕਿਹੜੇ ਗਾਣੇ ਦੀ ਸਭ ਤੋਂ ਜ਼ਿਆਦਾ ਡਿਮਾਂਡ ਆਉਂਦੀ ਆ? ਸ਼ੋਅ ਦੇ ਵਿੱਚ ਮੈਨੂੰ ਜਿਹੜੀ ਸਾਰਿਆਂ ਤੋਂ ਜ਼ਿਆਦਾ ਡਿਮਾਂਡ ਆਉਂਦੀ ਆ ਉਹ ਮੇਰਾ ਇੱਕ ਬੜਾ ਫੋਕ ਜਿਹਾ ਮਤਲਬ ਦੇਸੀ ਜਿਹਾ ਪਰਿਵਾਰਕ ਗੀਤ ਆ ਦਸੰਬਰ, ਉਹਦੀ ਸਭ ਤੋਂ ਜ਼ਿਆਦਾ। ਦੋ ਲਾਈਨਾਂ ਹੋ ਜਾਣ ਜੀ। ਬਿਲਕੁਲ। ਹੋ ਵੱਡੀ ਭੈਣ ਸੁੱਖ ਨਾਲ ਪਰਸੋਂ ਵਿਆਹੀ ਤੇ ਛੋਟੇ ਦੀ ਮੈਂ ਜਲ ਬੋੜ ਭਰਤੀ ਕਰਾਤੀ, ਪੈਸੇ ਜੋੜ ਬੈਂਕ ਦੀ ਵੀ ਕਿਸ਼ਤ ਮੁਕਾਤੀ ਤੇ ਦੁਸ਼ਮਣੀ ਦਾਰੀ ਵੀ ਮੈਂ ਸਾਰੀ ਖੁੰਜੇ ਲਾਤੀ, ਆਉਣ ਲੱਗੇ ਆ ਦਸੰਬਰ ਉਹ ਹੁਣ ਯਾਰਾਂ ਦਾ ਏ ਨੰਬਰ, ਤੇਰੇ ਭੇਜਦਾ ਵਿਚੋਲਾ ਮੈਂ ਕਰੇ ਹਾਏ ਨੀ ਰੱਬ ਖੈਰ ਕਰੇ, ਹਾਏ ਨੀ ਰੱਬ ਖੈਰ ਕਰੇ। ਬਹੁਤ ਵਧੀਆ ਜੀ, ਬਹੁਤ ਸੋਹਣਾ ਗਾਣਾ ਆ। ਤਾਂ ਹੀ ਲੱਗਦਾ ਤੁਸੀਂ ਇੰਨੇ ਵਾਰੀ ਐਕਸਪੈਰੀਮੈਂਟਸ ਕਰਦੇ ਰਹਿੰਦੇ ਹੋ, ਇੱਕ ਇੱਕ ਚੀਜ਼ ਨੂੰ ਫੜ ਕੇ ਤੁਸੀਂ ਰਹਿੰਦੇ ਨਹੀਂ ਹੈਗੇ। ਨਹੀਂ ਦੇਖੋ, ਗੱਲ ਇਹ ਆ ਐਕਸਪੈਰੀਮੈਂਟ ਜ਼ਿੰਦਗੀ 'ਚ ਕੋਈ ਵੀ ਪ੍ਰੋਫੈਸ਼ਨ ਆ। ਦੇਖੋ ਅੱਜ ਅਸੀਂ ਇਹ ਚੀਜ਼ ਕੀਤੀ ਆ, ਕੱਲ੍ਹ ਨੂੰ ਕੁਛ ਹੋਰ ਉਹ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰੋ, ਪਰਸੋਂ ਨੂੰ ਹੋਰ ਉਹ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰੋ, ਜ਼ਿੰਦਗੀ 'ਚ ਬੈਟਰ 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 ਹੋਣਾ ਚਾਹੀਦਾ। ਪਰ ਤੁਹਾਨੂੰ ਕਦੇ ਲੱਗਿਆ ਕਿ ਹਾਂ ਵੀ ਤੁਸੀਂ ਸਿੰਗਰ ਹੀ ਬਣਨਾ? ਛੋਟੇ ਹੁੰਦੇ ਸ਼ੌਂਕ ਸੀ ਜਾਂ ਫਿਰ? ਛੋਟੇ ਹੁੰਦੇ ਮੈਂ ਜਦੋਂ ਮੰਮੀ ਉਹਨੇ ਦੱਸਦੇ ਹੁੰਦੇ ਸੀ, ਮੈਂ ਜਦੋਂ ਬਾਹਲਾ ਛੋਟਾ ਸੀ, ਜਿਹੜੇ ਮੈਨੂੰ ਹੁਣ ਯਾਦ ਵੀ ਨਹੀਂ, ਤੇ ਮੈਂ ਉਹਨਾਂ ਦੇ ਦਾਲਾਂ ਦੇ ਪੀਪੇ ਪੂਪੇ ਖਾਲੀ ਕਰ ਦਿੰਦਾ ਸੀ, ਤੇ ਮੈਂ ਉਹਨਾਂ ਨੂੰ ਪੁੱਠੇ ਰੱਖ ਕੇ ਤੇ ਉਹਨਾਂ ਨੂੰ ਧੋਤੀਆਂ ਵੀ ਜਾਂਦਾ ਹੁੰਦਾ ਸੀ। ਅੱਛਾ ਜੀ। ਤੇ ਮੈਂ ਕੰਧ ਤੇ ਬਹਿ ਜਾਣਾ, ਨਾ ਗੁਆਂਢੀ ਸੁਣ ਦੇਣੇ ਦੁਪਹਿਰੇ, ਨਾ ਆਪ ਸੁਣਾ। ਹਾਂ, ਨਾ ਆਪ ਸੁਣਾ। ਠੀਕ, ਇਦਾਂ ਕੁਛ ਮੇਰੀ ਜ਼ਿੰਦਗੀ ਸ਼ੁਰੂ। ਨਹੀਂ ਤਾਂ ਹੁੰਦਾ ਨਾ ਮੋਸਟਲੀ, ਵੈਸੇ ਸਾਰਿਆਂ ਸਿੰਗਰਸ ਦਾ ਇਹੀ ਹੁੰਦਾ ਕਿ ਸਾਨੂੰ ਛੋਟੇ ਹੁੰਦੇ ਸੀਗੇ ਜਦ ਉਦੋਂ ਤੋਂ ਸ਼ੌਂਕ ਸੀ। ਜਿਹੜੀ ਕਲਾ ਆ ਨਾ ਇਹ ਪਰਮਾਤਮਾ ਦੀ ਦੇਣ ਆ, ਪਰਮਾਤਮਾ ਹੀ ਤੁਹਾਡੇ 'ਚ ਪਾ ਕੇ ਭੇਜਦਾ ਹੈ। ਆਪਾਂ ਧੱਕੇ ਨਾਲ ਨਹੀਂ ਕੋਈ ਕੰਮ ਕਰ ਸਕਦੇ ਜ਼ਿੰਦਗੀ ਦੇ ਵਿੱਚ, ਕੋਈ ਵੀ ਪ੍ਰੋਫੈਸ਼ਨ ਆ, ਭਾਵੇਂ ਮੇਰਾ ਲਾਓ ਤੁਹਾਡਾ ਲਾਓ ਜੇ ਕਿਸੇ ਦਾ ਵੀ ਆ, ਕੋਈ ਵੀ ਕੰਮ ਆ, ਉਹ ਜੇ ਮਾਲਕ ਨੇ ਤੁਹਾਡੀ ਜ਼ਿੰਦਗੀ 'ਚ ਲਿਖਿਆ ਉਹ ਤਾਂ ਹੀ।
ਘਰ 'ਚ ਵੀ ਕੋਈ ਗਾਉਂਦਾ ਹੈ ਕਿ ਤੁਸੀਂ ਇਕੱਲੇ ਇਕਲੌਤੇ ਹੋ ਵੀ ਮੈਂ ਜਿਹੜੇ ਹੀ ਗਾਉਣਾ ਤੁਸੀਂ ਜੀ। ਜਦੋਂ ਤੁਸੀਂ ਸੋਚਿਆ ਵੀ ਮੈਂ ਇਸ ਲਾਈਨ 'ਚ ਜਾਣਾ ਆ, ਘਰਦਿਆਂ ਦਾ ਕੀ ਸੀਗਾ? ਘਰਦਿਆਂ ਦੇ ਡੈਡੀ ਦੀ ਸਪੋਰਟ ਸੀ ਤੇ ਮੰਮੀ ਤੇ ਵੱਡੇ ਬ੍ਰਦਰ ਦੀ ਉਹਨਾਂ ਦੀ ਨਹੀਂ ਸੀ, ਉਹ ਮੈਨੂੰ ਪੜ੍ਹਾ ਕੇ ਖੁਸ਼ ਸੀਗੇ। ਠੀਕ, ਡੈਡੀ ਮੈਨੂੰ ਕਹਿੰਦੇ ਕੋਈ ਨਹੀਂ ਪੁੱਤ ਤੂੰ ਜੋ ਕਰਨਾ ਕਰ ਲੈ। ਬਸ ਡੈਡੀ ਦੀ ਸਪੋਰਟ ਆ, ਫਿਰ ਤਾਂ ਅਸੀਂ ਅੱਗੇ ਹੀ ਹਾਂ, ਰਾਈਟ? ਕਦੀ ਹੋਇਆ ਇੱਦਾਂ ਵੀ ਜਦੋਂ ਤੁਸੀਂ ਪਹਿਲਾ ਗਾਣਾ ਆਪਣਾ ਰਿਕਾਰਡ ਕੀਤਾ ਹੋਣਾ, ਤੁਹਾਡੇ ਮਨ 'ਚ ਕਿਤੇ ਨਾ ਕਿਤੇ ਡਰ ਸੀਗਾ ਕਿ ਹਾਂ ਵੀ ਜੇ ਮੇਰੇ ਘਰਦਿਆਂ ਨੂੰ ਨਾ ਚੰਗਾ ਲੱਗਿਆ ਜਾਂ ਮੇਰੇ ਯਾਰਾਂ ਦੋਸਤਾਂ ਨੂੰ ਕੀ ਬਣੂਗਾ? ਇੱਦਾਂ ਦਾ ਤਕਰੀਬਨ ਕੁਛ ਨਹੀਂ ਆਇਆ ਮਾਈਂਡ ਦੇ ਵਿੱਚ, ਕਿਉਂਕਿ ਜਦੋਂ ਮੈਂ ਪਹਿਲਾ ਗਾਣਾ ਕੀਤਾ ਰਿਕਾਰਡ, ਉਹ ਤੋਂ ਪਹਿਲਾਂ ਮੈਂ ਜਿੱਦਾਂ ਸਟੇਜ ਸ਼ੋਅ ਇਹ ਉਹ ਕਾਫੀ ਕੁਛ ਕਰ ਰਿਹਾ ਸੀ ਆਲਰੇਡੀ। ਸੋ ਪਹਿਲੇ ਗਾਣੇ ਦੀ ਰਿਕਾਰਡਿੰਗ ਤੋਂ ਬਾਅਦ ਮੈਨੂੰ ਕੁਛ ਇਹ ਨਹੀਂ ਲੱਗਿਆ ਵੀ ਹਾਂ ਯਾਰ ਕੀ ਕਹਿਣਗੇ ਕੀ ਨਹੀਂ ਕਹਿਣਗੇ, ਕਿਉਂਕਿ ਮੈਨੂੰ ਇਹ ਪਤਾ ਸੀ ਵੀ ਜੋ ਲਿਖਤ ਹੈ ਉਹਦੇ ਵਿੱਚ ਉਹ ਚੰਗੀ ਹੈ, ਜੋ ਕੰਪੋਜੀਸ਼ਨ ਆ ਉਹ ਚੰਗੀ ਹੈ, ਜੋ ਮਿਊਜ਼ਿਕ ਆ ਉਹ ਵਧੀਆ। ਪਰ ਤੁਸੀਂ ਤਾਂ ਪਹਿਲੇ ਗਾਣੇ 'ਚ ਹੀ ਜਦੋਂ ਤੁਸੀਂ ਕਰੇ ਲੱਗੇ ਸੀ ਵੀ ਪਹਿਲਾ ਗਾਣਾ ਕਰਨਾ, ਤੁਸੀਂ ਤਾਂ ਉਹਦੇ ਸੋਚਿਆ ਹੋਣਾ ਵੀ ਮੈਂ ਇਸ ਲਾਈਨ 'ਚ ਹੁਣ ਪ੍ਰੋਫੈਸ਼ਨਲੀ ਜਾਣਾ ਆ, ਕਿ ਜੀ ਪਹਿਲਾਂ ਤੋਂ ਹੀ ਮਾਇੰਡ 'ਚ ਸੀਗਾ ਵੀ ਨਹੀਂ ਇਹੀ ਪ੍ਰੋਫੈਸ਼ਨਲ ਚੁਣਨਾ ਮੈਂ? ਨਹੀਂ, ਮਾਇੰਡ 'ਚ ਮੇਰੇ ਪਹਿਲਾਂ ਤੋਂ ਹੀ ਸੀ ਵੀ ਮੈਂ ਇੱਕ ਆਰਟਿਸਟ ਹੀ ਬਣਨਾ, ਇੱਕ ਸਿੰਗਰ ਹੀ ਬਣਨਾ ਹੈ। ਉਹ ਮੈਂ ਆਪਣੀ ਉਸੇ ਚੀਜ਼ ਨੂੰ, ਕਿਉਂਕਿ ਮੈਂ ਜਦੋਂ ਸਟਾਰਟ ਵੀ ਕੀਤਾ ਆ ਬਹੁਤ ਛੋਟੇ ਹੁੰਦੇ ਨੇ ਸਕੂਲ ਟਾਈਮ ਤੋਂ, ਠੀਕ, ਅਤੇ ਮੈਂ ਐਜ਼ ਐਨ ਕੋਰਸ ਆਰਟਿਸਟ ਲਾਈਕ ਸਟਾਰਟ ਕੀਤਾ। ਉਦੋਂ ਮੈਂ ਬੈਕ ਵੋਕਲਿਸਟ ਸੀ, ਮੈਂ ਪਹਿਲਾਂ ਸ਼ੁਰੂ ਕੀਤਾ ਬਾਈ ਅਮਰਜੀਤ ਉਹਨਾਂ ਨਾਲ, ਫਿਰ ਮੈਂ ਬਾਈ ਸੁਰਜੀਤ ਖਾਨ ਨਾਲ ਵੀ ਗਿਆ, ਗੁਰਕਿਰਪਾਲ ਸੂਰਾਪੁਰੀ ਨਾਲ ਗਿਆ, ਉਸ ਤੋਂ ਬਾਅਦ ਮੈਂ 9 ਸਾਲ ਤਕਰੀਬਨ ਹਰਭਜਨ ਮਾਨ ਸਾਹਿਬ ਨਾਲ ਰਿਹਾ, ਫਿਰ ਮਲਕੀਤ ਸਿੰਘ ਭਾਜੀ ਗੋਲਡਨ ਸਟਾਰ ਉਹਨਾਂ ਨਾਲ, ਜਸਬੀਰ ਜੱਸੀ ਭਾਜੀ ਨਾਲ, ਸਰਬਜੀਤ ਚੀਮਾ ਭਾਜੀ ਨਾਲ, ਅਮਰਿੰਦਰ ਗਿੱਲ ਭਾਜੀ ਨਾਲ, ਸਾਰਿਆਂ ਨਾਲ ਕੋਰਸ ਤੇ ਵੀ ਜਾਂਦਾ। ਪਰ ਇਹ ਜਿਹੜੇ ਸਾਰੇ ਆ, ਇਹ ਸਾਰੇ ਜਿੱਦਾਂ ਕਹਿ ਲਓ ਕਿ ਰੋਮਾਂਟਿਕ ਗਾਣੇ ਜਾਂ ਬੜੇ ਸ਼ਾਂਤ ਜਿਹੇ ਗਾਣੇ ਗਾਉਂਦੇ, ਬਟ ਤੁਸੀਂ ਤਾਂ ਸਾਰਾ ਖੜਕਾ ਦੜਕਾ ਸਭ ਕੁਝ ਮਿਕਸ ਹੀ ਕੀਤਾ ਹੋਇਆ ਆ। ਇਹ ਮੇਰੇ ਗਾਣੇ ਬੜੇ ਸ਼ਾਂਤ ਆ ਜੀ, ਇਹ ਤਾਂ ਸੋਚਣ ਤੇ ਆ, ਹੁਣ ਦੇਖੋ ਸੋਚ ਹੈ ਜਿਹੜੀ ਆਪਣੀ ਉਹ ਤੇ ਆ। ਦੇਖੋ ਮੇਰਾ ਹੁਣ ਗਾਣਾ ਤੁਸੀਂ ਦਸੰਬਰ ਮੈਂ ਤੁਹਾਨੂੰ ਸੁਣਾਇਆ, ਇਹ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਤੋਂ ਬਾਅਦ ਮੈਂ ਦੂਜਾ ਗਾਣਾ ਆਪਣਾ ਫਿਰ ਫਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲੈ। ਨਹੀਂ, ਪਰ ਜਿੱਦਾਂ ਦਾ ਤੁਸੀਂ 3 ਜਣੇ ਦਾ ਤੁਹਾਡਾ ਗਰੁੱਪ ਹੁੰਦਾ ਸੀ, ਰਾਈਟ? ਉਹਦਾ ਜਿੱਦਾਂ ਦਾ ਨਾਮ ਸੀਗਾ, ਨਾਮ ਰਾਈਟ? ਤੇ ਨਾ ਜਾਓ, ਕੰਮ ਤੇ ਜਾਓ, ਠੀਕ ਹੈ ਜੀ? ਆਪਣਾ ਜ਼ਿੰਦਗੀ ਦੇ ਵਿੱਚ ਹਰੇਕ ਚੀਜ਼ ਹੁੰਦੀ ਆ। ਹੁਣ ਮੈਂ ਆਪਣਾ ਪੰਜਾਬ, ਹੁਣ ਜਿਵੇਂ ਤੁਹਾਡਾ ਟੀਵੀ ਆ, ਠੀਕ ਹੈ ਨਾ ਜੀ, ਹੁਣ ਕੱਪਾਂ ਚੋਂ ਤਾਂ ਪੰਜਾਬ ਦੇਖ ਨਹੀਂ ਸਕਦਾ, ਸੋ ਨਾਮ ਤੇ ਨਾ ਜਾਓ, ਕੰਮ ਤੇ ਜਾਓ। ਇੱਕ ਗਾਣਾ ਹੋਰ ਹੋ ਜਾਵੇ ਫਿਰ ਪਤਾ ਲੱਗੇ ਵੀ ਹਾਂ ਵੀ ਨਹੀਂ ਨਾਮ ਤੇ ਨਹੀਂ ਜਾਣਾ। ਲਓ ਜੀ ਸੁਣੋ। ਹੋ ਅੱਖਾਂ ਨੀਲੀਆਂ ਚ ਕਾਲਾ ਕਜਲਾ, ਸ਼ਕੀਨ ਜੱਟ ਨਾ ਵੇ ਆਈ ਲੱਗਦੀ, ਫਿਰ ਫਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲੱਗਦੀ। ਵੈਰੀ ਨਾਈਸ। ਇੱਕ ਬਿਲਕੁਲ ਹੁਣ ਕੰਮ ਤੇ ਜਾਣਾ ਚਾਹੀਦਾ, ਇੱਕ ਬ੍ਰੇਕ ਲੈ ਲਈਏ? ਬਿਲਕੁਲ ਜੀ, ਲੈਂਦੇ ਆ ਜੀ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਮੈਂ ਜੀ ਅਮਨ ਬਾਈਆ, ਮੇਰੇ ਨਾਮ ਨੇ ਜੀ ਮਨੀ ਔਜਲਾ ਜੀ। ਮਨੀ ਜੀ, ਕਿੱਦਾਂ ਗੱਲਬਾਤ ਨੂੰ ਅੱਗੇ ਕਰੀਏ ਹੁਣ? ਬਿਲਕੁਲ, ਇਹ ਤਾਂ ਅਸੀਂ ਬੜੀਆਂ ਗੱਲਾਂ ਕਰ ਲਈਆਂ ਤੁਹਾਡੇ ਚੀਜ਼ਾਂ ਲੈ ਕੇ, ਗਾਣੇ ਨੂੰ ਲੈ ਕੇ। ਤੁਸੀਂ ਕਦੋਂ ਪ੍ਰੋਫੈਸ਼ਨ ਚੁਣਿਆ, ਕਦੋਂ ਸੋਚਿਆ? ਹੁਣ ਕੁਛ ਪਰਸਨਲ ਲਾਈਫ ਦੀਆਂ ਗੱਲਾਂ ਹੋ ਜਾਣ। ਕੌਣ ਕੌਣ ਨੇ ਜੀ ਤੁਹਾਡੇ ਘਰ 'ਚ? ਘਰ ਦੇ ਵਿੱਚ ਜੀ ਫਾਦਰ ਸਾਹਿਬ, ਮਦਰ, ਮੇਰਾ ਬ੍ਰਦਰ, ਮੇਰੀ ਭਾਬੀ ਜੀ, ਮੇਰੀ ਭਤੀਜੀ, ਮੇਰਾ ਭਤੀਜਾ, ਮੇਰੀ ਘਰਵਾਲੀ, ਮੇਰਾ ਬੇਟਾ, ਸਾਰੇ ਇਕੱਠੇ ਰਹਿੰਦੇ ਹੋ? ਹਾਂਜੀ। ਦੈਟਸ ਗੁੱਡ। ਤੇ ਹੋਰ ਕੋਈ ਇਦਾਂ ਦਾ ਪਰਸਨ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਵੇ ਜਿਹੜਾ ਤੁਹਾਨੂੰ ਲੱਗਦਾ ਹੈ ਵੀ ਹਰ ਗੱਲ ਤਾਂ ਮੈਂ ਆਪਣੇ ਘਰਦਿਆਂ ਨਾਲ ਵੀ ਸ਼ੇਅਰ ਕਰਦਾ ਹਾਂ, ਪਰ ਇੱਕ ਇਦਾਂ ਦਾ ਪਰਸਨ ਵੀ ਆਪਣੀ ਲਾਈਫ 'ਚ ਹੁੰਦਾ ਹੈ ਵੀ ਨਹੀਂ ਇਸ ਦੇ ਨਾਲ ਜੇ ਆਪਾਂ ਗੱਲ ਨਾ ਸ਼ੇਅਰ ਕੀਤੀ ਤੇ ਨਹੀਂ ਗੱਲ ਨਹੀਂ ਬਣੀ? ਮੈਂ ਸੱਚੀ ਦੱਸਾਂ, ਹਾਂਜੀ, ਤੇ ਮੈਂ ਸਾਰੀਆਂ ਗੱਲਾਂ ਘਰਦਿਆਂ ਨਾਲ ਸ਼ੇਅਰ ਕਰਦਾ, ਕੋਈ ਵੀ ਗੱਲ ਹੋਵੇ, ਕੋਈ ਮੇਰੇ ਤੋਂ ਚੰਗੀ ਚੀਜ਼ ਹੈ, ਕੋਈ ਮੇਰੇ ਕੋਲ ਮਾੜੀ ਚੀਜ਼ ਹੈ, ਮੈਂ ਘਰਦਿਆਂ ਨਾਲ ਸ਼ੇਅਰ ਕਰਦਾ। ਦੈਟਸ ਗੁੱਡ। ਨਹੀਂ, ਕਈ ਵਾਰੀ ਹੁੰਦਾ ਨਾ ਕਿ ਲਾਈਫ ਦੇ ਵਿੱਚ ਅਸੀਂ ਕਿਸੇ ਆਪਣੇ ਫਰੈਂਡ ਨਾਲ ਇੰਨੇ ਕੁ ਕੰਫਰਟ ਹੁੰਦੇ ਹਾਂ ਜਾਂ ਕਿਸੇ ਆਪਣੇ ਰਿਲੇਟਿਵ ਨਾਲ, ਕਿ ਕਈ ਵਾਰੀ ਹੁੰਦਾ ਕਿ ਕੋਈ ਗੱਲ ਹੁੰਦੀ ਅਸੀਂ ਆਪਣੇ ਘਰਦਿਆਂ ਨਾਲ ਨਹੀਂ ਕਰ ਸਕਦੇ, ਹੁੰਦਾ ਵੀ ਇਸ ਬੰਦਾ ਹੈ ਵੀ ਇਸ ਬੰਦੇ ਨਾਲ। ਮੇਰੇ ਮਿੱਤਰ ਨੇ ਜ਼ਿੰਦਗੀ ਦੇ ਬੜੇ ਖਾਸ ਨੇ ਯਾਰ, ਉਹਨਾਂ ਵਿੱਚੋਂ ਮਤਲਬ ਉਹਨਾਂ ਨਾਲ ਮੈਂ ਸਾਰਿਆਂ ਨਾਲ ਗੱਲਾਂ ਕਰਦਾ ਹਾਂ ਸਾਂਝੀ, ਪਰ ਇੱਕ ਮੇਰਾ ਬਹੁਤ ਖਾਸ ਵੀ ਸਤਿਗੁਰ ਸਿੰਘ ਬਾਂਗੜ, ਕਿਉਂਕਿ ਉਹਦੇ ਨਾਲ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਰਿਸ਼ਤਾ ਸਾਡਾ ਬੜਾ ਪੁੱਠਾ ਜਿਹਾ ਹੈ ਦੋਨਾਂ ਦਾ, ਉਹ ਪੁੱਠਾ ਇਸ ਤਰੀਕੇ ਨਾਲ ਹੈ ਰਿਸ਼ਤੇ ਤੋਂ ਮੇਰਾ ਫੁੱਫੜ ਲੱਗਦਾ ਹੈ, ਕਿਉਂਕਿ ਮੇਰੇ ਫੁੱਫੜ ਜੀ ਦਾ ਬ੍ਰਦਰ ਹੈ, ਪਰ ਉਹ ਸਾਡਾ ਕੰਮ ਭਾਈਆਂ ਵਾਲਾ, ਅਸੀਂ
ਆਲਮੋਸਟ ਸੇਮ ਏਜ ਦੇ ਸੇਮ ਹੀ ਆ, ਏਜ ਤੇ ਹੀ ਇਕੱਠੇ ਹੀ ਅਸੀਂ ਖੇਡੇ ਆ, ਹੈ ਨਾ? ਤੋ ਉਹਦੇ ਨਾਲ ਮੇਰੀ ਬੌਂਡਿੰਗ ਹੈ ਜਿਹੜੀ ਲਾਈਫ ਦੀ ਉਹ ਬਹੁਤ ਜ਼ਿਆਦਾ। ਠੀਕ। ਤੇ ਕੁਛ ਗੱਲ ਕਰਦੇ ਹਾਂ ਤੁਹਾਡੇ ਫੈਨਸ ਬਾਰੇ, ਜੇ ਤੁਸੀਂ ਪੰਜਾਬ 'ਚ ਸ਼ੋਅ ਕਰਦੇ ਹੋ, ਤੁਸੀਂ ਕਹਿੰਦੇ ਹੋ ਵੀ ਤੁਸੀਂ 30 ਦਿਨਾਂ ਦੇ ਵਿੱਚ 34 34 35 35 ਸ਼ੋਅ ਵੀ ਕਰਦੇ ਹੋ, ਠੀਕ ਉਹ ਹੈ ਨਾ? ਜਦੋਂ ਅਸੀਂ ਮਾਫੀਆ ਮੰਡੀਰ ਦੇ ਗਰੁੱਪ ਅਸੀਂ ਮੈਂ ਅਲਫਾਜ਼ ਬਾਈ ਹਨੀ ਬਾਈ ਉਹਨਾਂ ਦਿਨਾਂ ਦੇ ਵਿੱਚ 2011 2012 ਇਹ ਵੀ ਦਿਨ ਸੀ ਵੀ 34 34 35 35 40 ਦੇ ਨੇੜੇ ਵੀ ਸ਼ੋਅ ਲਾਏ, ਰਿਸਪਾਂਸ ਉਹ ਵੀ ਕਿੱਦਾਂ ਦਾ ਪੰਜਾਬ 'ਚ ਰਹਿੰਦਾ ਸੀ? ਨਹੀਂ ਪੰਜਾਬ ਤੋਂ ਬਾਹਰ। ਤੇ ਰਿਸਪਾਂਸ ਕਿੱਦਾਂ ਦਾ ਸੀ ਉਹਨਾਂ ਦਾ? ਰਿਸਪਾਂਸ ਬਹੁਤ ਕਮਾਲ ਦਾ ਰਿਸਪਾਂਸ ਸੀ, ਬਹੁਤ ਪਿਆਰ ਦਿੱਤਾ ਲੋਕਾਂ ਨੇ, ਪਰ ਅਸੀਂ ਤਾਂ ਗੱਡੀਆਂ 'ਚ ਹੀ ਸੁੱਤੇ, ਸਾਨੂੰ ਇੰਨਾ ਵੀ ਯਾਦ। ਕੁਛ ਐਦਾਂ ਦਾ ਹੋਇਆ ਹੋਇਆ ਉਹਨਾਂ ਸ਼ੋਆਂ ਦੇ ਵਿੱਚ ਜੋ ਤੁਹਾਨੂੰ ਅੱਜ ਤੱਕ ਯਾਦ ਹੋ, ਇੱਦਾਂ ਲੱਗਾ ਵੀ ਹਾਂ ਵੀ ਇਹ ਤਾਂ ਮੈਨੂੰ ਲੱਗਦਾ ਮੈਂ ਸਾਰੀ ਜ਼ਿੰਦਗੀ ਵੀ ਨਹੀਂ ਭੁੱਲ ਸਕਦਾ? ਦੇਖੋ ਜਿਹੜਾ ਸਰੋਤਿਆਂ ਦਾ ਪਿਆਰ ਉਹ ਹਰੇਕ ਸ਼ੋਅ ਬਹੁਤ ਡਿਫਰੈਂਟ ਹੁੰਦਾ, ਮਤਲਬ ਉਹਨਾਂ ਨੇ ਇੰਨੇ ਪਿਆਰ ਨਾਲ ਇੰਨੇ ਚਾਵਾਂ ਨਾਲ ਜਿਹੜਾ ਆਪਣੇ ਆਰਟਿਸਟ ਨੂੰ ਦੇਖਦੇ ਨੇ, ਇੰਨਾ ਪਿਆਰ ਕਰਦੇ ਨੇ, ਉਹ ਨਾ ਭੁਲਾਉਣ ਯੋਗ ਚੀਜ਼ਾਂ ਹੀ ਨੇ। ਅਰ ਉਹ ਤੁਹਾਨੂੰ ਤੁਹਾਡੀ ਪਰਫਾਰਮੈਂਸ ਨੂੰ ਤੁਹਾਨੂੰ ਇੰਨੀ ਹੱਲਾਸ਼ੇਰੀ ਦਿੰਦੇ ਨੇ, ਉਹ ਸਾਰੇ ਯਾਦਗਾਰ ਹੀ ਨੇ। ਜਿੱਥੇ ਵੀ ਤੁਹਾਡੇ ਫੈਨਸ ਖੜੇ ਨੇ, ਜਿੱਥੇ ਤੁਹਾਡੇ ਨਾਲ ਖੜੇ ਨੇ, ਉਹ ਸਭ ਯਾਦਗਾਰ। ਕਈ ਫੈਨ ਜਿਹੜੇ ਬੜੇ ਸਪੈਸ਼ਲ ਹੁੰਦੇ ਨੇ, ਕਈ ਇਦਾਂ ਦੇ ਹੁੰਦੇ ਆ ਵੀ ਜਿਹੜੇ ਸਿੰਗਰਸ ਨੂੰ ਵੀ ਯਾਦ ਹੁੰਦਾ ਵੀ ਹਾਂ ਵੀ ਇਹ ਮੇਰਾ ਫੈਨ ਆ। ਹਾਂ, ਇੱਕ ਇੱਦਾਂ ਕਈ ਨੇ, ਇੱਕ ਮਨਪ੍ਰੀਤ ਹੈ ਕੁਰਾਲੀ ਤੋਂ, ਉਹ ਮੈਨੂੰ ਇਹ ਵੀ ਨਹੀਂ ਯਾਦ ਹੋਣਾ ਵੀ ਕਿੰਨੇ ਸਾਲ ਹੋ ਗਏ ਵਿਚਾਰਾ ਮੇਰੇ ਫੋਟੋ ਲਾ ਕੇ ਹਮੇਸ਼ਾ ਮੇਰੇ ਬਰਥਡੇ 'ਤੇ, ਮੈਂ ਹੋਵਾਂ ਨਾ ਹੋਵਾਂ ਮੇਰਾ ਕੇਕ ਪਹੁੰਚਿਆ ਹੁੰਦਾ ਮੇਰੇ ਘਰ। ਔਰ ਮੈਂ ਜੇ ਆਪਣਾ ਜਲੰਧਰ ਸਾਈਡ ਨੂੰ ਕਦੇ ਵੀ ਮੈਂ ਸ਼ੋਅ ਕਰਨ ਨੂੰ ਲੰਘ ਗਿਆ ਤਾਂ ਕੁਰਾਲੀ ਉਹ ਵਿਚਾਰਾ ਅੱਡੇ 'ਤੇ ਖੜਿਆ ਹੁੰਦਾ, ਔਰ ਮੈਂ ਉਹਨੂੰ ਮਿਲ ਕੇ ਜਾਂਦਾ, ਉਹ ਵਿਚਾਰਾ ਮੈਨੂੰ ਜੂਸ ਚਿਪਸ ਪਤਾ ਨਹੀਂ ਕੀ ਕੁਛ ਵੀ ਭਾਅ ਜੀ ਤੁਸੀਂ ਖਾਂਦੇ ਜਾ ਰਹੇ। ਸੋ ਉਹ ਮੇਰਾ ਵੀਰ ਹੈ ਹੁਣ ਛੋਟਾ, ਕਿਉਂਕਿ ਦੇਖੋ ਫੈਨਸ ਦੀਆਂ ਦੁਆਵਾਂ ਫਿਰ ਦਿੱਲੀਓਂ ਕਈ ਨੇ ਉਹ ਇੱਦਾਂ ਦੀ, ਉਹਨਾਂ ਦੇ ਕਰਕੇ ਹੀ ਉੜਦੇ ਫਿਰਦੇ। ਕਦੀ ਇੱਦਾਂ ਹੋਇਆ ਕਿ ਤੁਸੀਂ ਸਿਰਫ ਸਪੈਸ਼ਲ ਆਪਣੇ ਫੈਨ ਨੂੰ ਮਿਲਣ ਗਏ ਹੋਵੋ ਕਿ ਸ਼ੋਅ ਸਾਰੇ ਪਰੇ ਛੱਡ ਕੇ? ਬਹੁਤ ਵਾਰੀ, ਇੱਕ ਵਾਰ ਨਹੀਂ ਬਹੁਤ ਵਾਰੀ, ਮੈਂ ਜਿਹੜਾ ਜਿਹਨਾਂ ਕਰਕੇ ਮੈਂ ਹੈਗੇ ਹਾਂ, ਜੇ ਕੋਈ ਬੰਦਾ ਚਾਹੁੰਦਾ ਆ ਵੀ ਮੈਂ ਉਹਨੂੰ ਮਿਲਾਂ ਅਤੇ ਮੈਂ ਉਹਨਾਂ ਤੱਕ ਪਹੁੰਚਾਂ, ਅਤੇ ਮੇਰੇ ਹਿਸਾਬ ਨਾਲ ਇਹ ਮੇਰੀ ਖੁਸ਼ਕਿਸਮਤੀ ਹੈ ਵੀ ਉਹ ਮੈਨੂੰ ਯਾਦ ਕਰਦੇ, ਅਤੇ ਜੇ ਮੈਂ ਜਾ ਕੇ ਉਹਨਾਂ ਨੂੰ 2 ਪਲ ਦੀ ਖੁਸ਼ੀ ਦੇ ਸਕਦਾ ਹਾਂ, ਮੈਂ ਇਹ ਮੰਨਦਾ ਹਾਂ ਇਹ ਪਰਮਾਤਮਾ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਬਲੈਸਿੰਗ ਲਿਖੀ ਹੈ ਕਿ ਤੁਸੀਂ ਆਪਣੇ ਫੈਨ ਤੱਕ ਪਹੁੰਚ ਕੇ ਉਹਦਾ ਪਿਆਰ ਲੈ ਸਕੋ। ਕਈ ਵਾਰੀ ਹੁੰਦਾ ਨਾ ਕਈ ਸਿੰਗਰ ਕੀ ਕਰਦੇ ਆ ਵੀ ਫੈਨਸ ਦੇਖ ਕੇ ਲੱਗਦਾ ਵੀ ਹੁਣ ਉਹ ਸਾਡੇ ਲਾਗੇ ਆਉਣ ਲੱਗੇ ਨੇ ਤੇ ਉਹ ਪਰੇ ਨੂੰ ਹੋ ਜਾਂਦੇ, ਕਦੇ ਕਦੀ ਐਦਾਂ ਹੋਇਆ? ਜਿੱਦੇ ਮੈਂ ਪਰੇ ਹੋਣ ਦੀ ਸੋਚੂੰਗਾ, ਮੈਨੂੰ ਇੰਨਾ ਪਤਾ ਹੈ ਵੀ ਰੱਬ ਹੈ ਨਾ ਜਿਹੜਾ ਮੇਰਾ, ਉਹਨੂੰ ਪਤਾ ਮੈਂ ਆਪਣੇ ਫੈਨਸ, ਮੇਰੇ ਜਿੰਨੇ ਵੀ ਫੈਨਸ ਨੇ ਸਾਰੇ ਜਾਣਦੇ ਨੇ ਮੈਂ ਜ਼ਿੰਦਗੀ 'ਚ ਜੇ ਉਹ ਦੂਰੋਂ ਖੜ ਕੇ ਵੀ ਹਾਏ ਕਰਨਗੇ ਨਾ ਤਾਂ ਮੈਂ ਉਹਨਾਂ ਕੋਲ ਆਪ ਤੁਰ ਕੇ ਜਾਊਂਗਾ, ਕਦੇ ਉਹਨਾਂ ਨੂੰ ਮੇਰੇ ਕੋਲ ਤੁਰ ਕੇ ਆਉਣ ਦੀ ਹਿੰਮਤ ਨਹੀਂ ਕਰਨੀ ਪਊਗੀ। ਤੁਹਾਨੂੰ ਲੱਗਦਾ ਕਿ ਇੱਦਾਂ ਦਾ ਕੋਈ ਨਹੀਂ ਤੁਹਾਡਾ ਫੈਨ ਹੈਗਾ ਜਿਹੜਾ ਤੁਹਾਡੇ ਤੋਂ ਨਾਰਾਜ਼ ਹੋਵੇ ਜਾਂ ਕਿਸੇ ਗੱਲ ਨੂੰ ਲੈ ਕੇ ਨਾ ਗੁੱਸਾ ਹੋਵੇ, ਹੋ ਤੇ ਨਾ ਮੈਂ ਜ਼ਿੰਦਗੀ 'ਚ ਫੈਨ ਗੁੱਸਾ ਹੋਣ ਦੇ, ਸਾਰੇ ਨੈਸ਼ਨਲ ਗੁੱਸਾ ਟੀਵੀ ਹੋ ਤੇ ਗਿਆ। ਦੇਖ ਰਹੇ ਨੇ ਬਿਲਕੁਲ, ਜੇ ਕੋਈ ਵੀ ਫੈਨ ਇਹਨਾਂ ਦਾ ਨਾਰਾਜ਼ ਗੁੱਸੇ ਆ ਤਾਂ ਉਹ ਸਾਡੇ ਨਾਲ ਜ਼ਰੂਰ ਕੰਟੈਕਟ ਕਰਨ, ਬਿਲਕੁਲ ਕਿਉਂਕਿ ਇਹ ਬੜਾ ਕੰਟੈਕਟ ਕਰ, ਬਿਲਕੁਲ ਕਿਉਂਕਿ ਇਹ ਬੜਾ ਦਾਵਾ ਕਰ ਰਹੇ ਨੇ, ਦਾਵਾ ਐਨ ਪੂਰਾ ਪੂਰਾ ਦਾਵਾ ਕਰ ਰਹੇ ਨੇ ਜੀ ਕੋਈ ਵੀ ਨਾਰਾਜ਼ ਨਹੀਂ ਹੈਗਾ, ਕੋਈ ਵੀ ਨਹੀਂ ਨਾ ਠੀਕ ਮੇਰੇ ਫੈਨਸ ਦੇ ਵਿੱਚੋਂ ਜ਼ਿੰਦਗੀ ਤੇ, ਜੇ ਫੈਨ ਨਾਰਾਜ਼ ਹੋ ਗਿਆ ਰੱਬ ਨਾਰਾਜ਼ ਹੋ ਗਿਆ ਉਹ ਤਾਂ ਫਾਇਦਾ। ਜਦੋਂ ਤੁਸੀਂ ਗਾਣੇ ਕਰਦੇ ਆ ਤੁਸੀਂ ਕੀ ਸੋਚਦੇ ਆ ਵੀ ਤੁਸੀਂ 1 ਸਾਲ ਦੇ ਵਿੱਚ ਕਿੰਨੇ ਗਾਣੇ ਕਰਨੇ ਆ? ਜਾਂ ਨਹੀਂ ਸੋਚਿਆ, ਮੈਂ ਤਾਂ ਕਈ ਵਾਰ 2 ਸਾਲ ਲਈ ਗੀਤ ਕਰਦਾ, ਇੱਦਾਂ ਦਾ ਕੁਛ ਨਹੀਂ ਸੋਚਿਆ। ਇਹ ਤਾਂ ਵਾਲੇ ਮਨ ਮੋਜੀ ਨੇ ਜੀ, ਦਿਲ ਆਇਆ ਤਾਂ ਕੰਮ ਕਰਨਾ ਨਹੀਂ ਤਾਂ ਨਹੀਂ ਕਰਨਾ। ਇੱਦਾਂ ਨਹੀਂ, ਮਤਲਬ ਮੈਂ ਆਪਣੇ ਫੈਨਸ ਲਈ ਕਰਦਾ, ਹੁਣ ਜਦੋਂ ਇਹਨਾਂ ਦੇ ਮੈਸੇਜ ਆਣੇ ਸ਼ੁਰੂ ਹੋਏ ਬਾਈ ਬਹੁਤ ਟਾਈਮ ਹੋ ਗਿਆ ਗੀਤਾ ਕਰਦੇ, ਉਦੋਂ ਆਪਾਂ ਗੀਤ ਕਰਦੇ ਦਾ, ਮਤਲਬ ਕੋਈ ਪੱਕਾ ਟਾਈਮ ਨਹੀਂ ਹੈਗਾ ਵੀ ਅਸੀਂ 1 ਸਾਲ ਦੇ ਵਿੱਚ ਇੰਨੀ ਵਾਰੀ ਜਾਂ ਗਾਣਾ 1 ਜਾਂ 2 ਵਾਰੀ ਕੱਢਣਾ। ਮੇਰੇ ਫੈਨਸ ਦੇ ਮੈਸੇਜ ਆਉਂਦੇ ਹੁੰਦੇ ਮੈਨੂੰ ਫੈਨ ਪੇਜ ਤੇ, ਬਾਈ ਐ ਨਾ ਕਰਿਆ ਕਰ, ਹੁਣ ਤੂੰ 2 3 3 ਮਹੀਨੇ ਬਾਅਦ ਨਾ ਮਤਲਬ ਗਾਣਾ ਕੱਢ ਦਿਆ ਕਰ। ਮੈਂ ਉਹਨਾਂ ਨੂੰ ਮੈਂ ਕਿਹਾ ਵੀ ਕੋਈ ਨਹੀਂ, ਹੁਣ ਮੈਂ 1 2 ਸਾਲ ਇੱਦਾਂ ਕਰ ਦਿੰਦਾ, ਮੈਂ ਸੋਚਿਆ ਵੀ 3 4 ਮਹੀਨੇ ਬਾਅਦ ਗੀਤ ਕੱਢ ਦਿਆ ਕਰਾਂਗਾ। ਕੋਈ ਇਹੋ ਜਿਹਾ ਗਾਣਾ ਜਿਹੜਾ ਆਉਣ ਵਾਲਾ ਹੋਏ ਥੋੜ੍ਹਾ ਜਿਹਾ ਗੁਣਗੁਣਾ ਦਿਓਗੇ? ਬਿਲਕੁਲ, ਮੈਂ ਇੱਕ ਗੀਤ ਹੈ ਬੜਾ ਮੈਨੂੰ ਚੰਗਾ ਲੱਗਦਾ, ਉਹ ਪੱਥਰਾਂ ਨੂੰ ਪੂਜਦੇ ਨੇ ਲੋਕ ਫਿਰਦੇ, ਭੁੱਲ ਗਏ ਦਿਲਾਂ ਦੇ ਵਿੱਚ ਰੱਬ ਵਸਦਾ, ਇਕੱਠੇ ਹੋ ਕੇ ਇੱਕੋ ਵੇੜੇ ਬਹਿਣੋ ਹਟ ਗਏ, ਕਿਸੇ ਦੀਆਂ ਖੁਸ਼ੀਆਂ 'ਚ ਕੌਣ ਹੱਸਦਾ, ਪਰ ਮੰਦਾ ਲੋਕੋ ਬੋਲੀਏ ਨਾ ਕਦੇ ਕਿਸੇ ਨੂੰ, ਖੋਰੇ ਕਿਹੜੇ ਦਰੋਂ ਦਰਗਾਹ ਨਿਕਲੇ, ਭੁੱਖੇ ਢਿੱਡ ਰੋਟੀ ਪਾ ਦਵਾ ਨਿਕਲੇ, ਓਏ ਕੀ ਪਤਾ ਕਿਹਦੇ ਚੋਂ ਖੁਦਾ ਨਿਕਲੇ। ਵੈਰੀ ਨਾਈਸ, ਵੈਰੀ ਨਾਈਸ। ਤੁਸੀਂ ਲਿਖਦੇ ਵੀ ਆਪ ਹੀ ਆ ਕਿ ਤੁਸੀਂ ਏਦਾਂ ਕਦੀ ਹੋਇਆ ਵੀ ਕਿ ਕੋਈ ਗਾਣਾ ਕੱਢਿਆ ਮਨੀ ਓਜਲੇ ਨੇ ਬਟ ਉਹ ਲਿਖਿਆ ਕਿਸੇ ਹੋਰ ਦਾ ਹੋਇਆ? ਲੰਡਨ
ਤੇਰੇ ਫਸਲਾਂ ਦੇ ਨਾਂ ਪੁੱਛਦੀ ਗੋਰੀ ਡੰਡਨ ਤੋਂ ਆਈ ਲਾਈ ਕਿੰਨੇ ਲਿਖੇ ਹੋਏ ਨੇ? ਇਹ ਅੰਕਲ ਪ੍ਰਗਟ ਸਿੰਘ ਉਹਨਾਂ ਨੇ ਜਿਹਨੇ ਬਾਈ ਹਰਜੀਤ ਹਰਮਨ ਨੇ ਗਾਏ ਨੇ ਉਹਨਾਂ ਦੇ ਸਭ ਤੋਂ ਜ਼ਿਆਦਾ, ਤੋ ਪ੍ਰਗਟ ਅੰਕਲ ਦਾ ਗਾਣਾ ਤੇ ਮਿਊਜ਼ਿਕ ਮਿਊਜ਼ਿਕ ਹਨੀ ਬਾਈ ਦਾ। ਤੇ ਹਨੀ ਸਿੰਘ ਤੁਸੀਂ ਆਪਣੇ ਗਾਣੇ ਆਪ ਲਿਖਿਆ, ਮਿਊਜ਼ਿਕ ਦਿੱਤਾ, ਉਹ ਕਿਹੜਾ ਗਾਣਾ? ਉਹ ਚ ਜੀ ਦਸੰਬਰ, ਉਹ ਚ ਫਿਰ ਰੋਕਾ, ਉਹ ਚ ਕੰਮ ਜਕਮਾ, ਠੀਕ। ਕੁਛ ਇੱਦਾਂ ਦਾ ਕੋਈ ਪ੍ਰੋਜੈਕਟ ਜਿਹੜਾ ਤੁਸੀਂ ਕਾਫੀ ਟਾਈਮ ਤੋਂ ਸੋਚਿਆ ਹੋਵੇ ਵੀ ਮੈਂ ਕਰਨਾ ਬਟ ਸਟਿਲ ਪੈਂਡਿੰਗ ਹੋਏ? ਇੱਕ ਐਲਬਮ ਕਰਨੀ ਹੈ 8 ਗਾਣਿਆਂ ਦੀ, ਠੀਕ ਹੈ ਜੀ, ਪਰ ਉਹ ਵੀ ਪੂਰੀ ਫੋਕ, ਬਿਲਕੁਲ ਫੋਕ। ਉਹਦੇ ਵਿੱਚ ਜਿਹੜੇ ਮੇਰੇ ਦਿਲ ਦੀਆਂ ਚੀਜ਼ਾਂ ਨੇ ਮੈਂ ਉਹ ਲਿਖਣਾ ਤੇ ਉਹ ਗਾਣਾ। ਕੀ ਲੱਗਦਾ ਕਿ ਇਹ ਪ੍ਰੋਜੈਕਟ ਕਦੋਂ ਤੱਕ ਲਿਆਓਗੇ ਤੁਸੀਂ? ਜਿੱਦਾਂ ਲਿਖ ਹੋ ਗਿਆ ਮੈਂ ਤਾਂ ਪੂਰਾ ਹੋਪਫੁਲੀ ਕਿ ਬੜੀ ਜਲਦੀ ਲੇਖ ਹੋਏਗਾ। ਬਿਲਕੁਲ ਜੀ, ਬਿਲਕੁਲ, ਥੈਂਕ ਯੂ ਤੁਹਾਡੀਆਂ ਦੁਆਵਾਂ ਲਈ। ਥੈਂਕ ਯੂ ਜੀ। ਕਦੀ ਸਕੂਲ ਚੋਂ ਬੰਕ ਕੀਤਾ? ਬਹੁਤ। ਕਾਲਜ ਚੋਂ? ਬੜੇ ਨਹੀਂ। ਕੁੱਟ ਕਿੰਨੀ ਵਾਰੀ ਖਾਧੀ ਹੈ? ਕੁੱਟ ਕਿਤੋਂ? ਟੀਚਰ ਤੋਂ? ਟੀਚਰ ਤੋਂ ਕਾਲਜ ਤਾਂ ਆਪਾਂ ਬੜੇ ਨਹੀਂ, ਮੈਂ ਤੁਹਾਨੂੰ ਪਹਿਲਾਂ ਦੱਸਤਾ। ਅੱਛਾ ਜੀ। ਸਕੂਲ ਟਾਈਮ 'ਚ ਇੱਕ ਨਾ ਐਕਚੁਅਲੀ ਚੱਕਰ ਕੀ ਹੈ, ਟੀਚਰ ਤੋਂ ਮੈਂ ਖਾਧੀ ਬਹੁਤ ਕੁੱਟ ਸਕੂਲ 'ਚ। ਉਹ ਪਤਾ ਕਿਉਂ? ਸਾਡੀ ਭੂਆ ਜੀ ਸੀ ਪਿੰਡੋਂ, ਅੱਛਾ ਜੀ, ਉਹ ਸਾਡੇ ਟੀਚਰ ਸੀ, ਉਹ ਬਾਕੀ ਕਲਾਸ ਨੂੰ ਛੱਡ ਦਿੰਦਾ ਸੀ, ਮੈਨੂੰ ਨਹੀਂ ਕੁੱਟਣਾ। ਸੋ ਮੈਂ ਬਹੁਤ ਕੁੱਟ ਖਾਧੀ ਹੈ। ਕਦੀ ਐਦਾਂ ਹੋਇਆ ਕਿ ਫਰੈਂਡਸ ਕਹਿੰਦੇ ਵੀ ਚੱਲ ਕਿਤੇ ਚੱਲਦੇ ਆ, ਘਰਦੇ ਕਹਿੰਦੇ ਹੁਣ ਵੀ ਨਹੀਂ ਜਾਣਾ, ਫਿਰ ਕਿੰਨਾ ਝੂਠ ਬੋਲਿਆ? ਐਦਾਂ ਦਾ ਤਾਂ ਕੁਝ ਨਹੀਂ ਹੋਇਆ। ਕਈ ਵਾਰੀ ਹੁੰਦਾ ਆਪਣੇ ਪੇਰੈਂਟਸ ਜਿਹੜੇ ਆ, ਪੇਰੈਂਟਸ ਬੜੇ ਨਾ, ਉਹਨਾਂ ਨੇ ਅੱਜ ਤੱਕ ਤੁਹਾਨੂੰ ਕਦੀ ਕਿਤੇ ਜਾਣ ਤੋਂ ਨਹੀਂ ਰੋਕਿਆ? ਕਦੇ ਨਾ ਹੀ ਨਹੀਂ ਕੀਤੀ ਉਹਨਾਂ ਨੇ ਲਾਈਫ 'ਚ ਕਿਸੇ ਚੀਜ਼, ਮਤਲਬ ਕਿ ਬੜੇ ਲਾਡ ਪਿਆਰ ਨਾਲ ਪਾਲੇ ਹੋਏ ਨੇ। ਕੁਛ ਹੋਰ ਇੱਦਾਂ ਦਾ ਆਪਣੇ ਬਾਰੇ ਜੋ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ? ਮੈਂ ਕੀ ਦੱਸਾਂ, ਤੁਸੀਂ ਕਹਿੰਦੇ ਹੋ ਵੀ ਤੁਸੀਂ ਕਹਿੰਦੇ ਹੋ ਤੁਸੀਂ ਇਹ ਖੁੱਲੀ ਕਿਤਾਬ ਹੋ। ਬਿਲਕੁਲ। ਆਪਣੀ ਇਹ ਜਿਹੜੀ ਤੁਸੀਂ ਖੁੱਲੀ ਕਿਤਾਬ ਹੈ, ਇਹ ਤੁਸੀਂ ਕਦੋਂ ਖੋਲੀ? ਮਤਲਬ ਸ਼ੁਰੂ ਤੋਂ ਹੀ ਤੁਸੀਂ ਇੱਦਾਂ ਦੇ? ਤੁਸੀਂ ਇੱਦਾਂ ਦਾ ਜੀ, ਤੁਸੀਂ ਮੇਰੇ ਨਾਲ, ਤੁਸੀਂ ਹੁਣ ਕਿੰਨੀ ਕੁ ਦੇਰ ਹੋਈ ਹੈ ਤੁਹਾਨੂੰ ਮੇਰਾ ਸਾਰਾ ਹੀ ਪਤਾ ਲੱਗ ਗਿਆ ਮੈਂ ਕੀ। ਇੱਦਾਂ ਦੀ ਸ਼ੁਰੂ ਤੋਂ ਹੀ ਇੱਦਾਂ ਦੇ ਹੋ? ਜਿਹੜੇ ਤੁਹਾਡੇ ਫਰੈਂਡ ਨੇ ਉਹ ਵੀ ਇੱਦਾਂ ਦੇ ਨੇ? ਤੇ ਹੁਣ ਜਿਹੜੇ ਤੁਹਾਡੀ ਤਿੰਨਾਂ ਸਿੰਗਰਾਂ ਦੀ ਜਿਹੜੀ ਤੁਹਾਡੇ ਤਿੰਨੋਂ ਫਰੈਂਡਸ ਸੀ ਇਕੱਠੇ, ਹੁਣ ਤੁਸੀਂ ਵਾਪਸ ਇਕੱਠੇ ਕਦੋਂ ਆ ਰਹੇ ਹੋ? ਰੱਬ ਨੇ ਚਾਹੇ ਤਾਂ ਬਹੁਤ ਜਲਦੀ, ਮਤਲਬ ਕਿ ਹਜੇ ਸੋਚਿਆ ਨਹੀਂ ਕੁਛ, ਪਲਾਨ ਨਹੀਂ? ਨਹੀਂ, ਹਜੇ ਅਸੀਂ ਇਹ ਫੈਸਲਾ ਆ ਵੀ ਸਾਰੇ ਇੰਡੀਵਿਜੁਅਲੀ ਆਪਣਾ ਆਪਣੇ ਗਾਣੇ ਕਰਨਗੇ, ਪਰ ਜੇ ਸਰੋਤਿਆਂ ਦਾ ਹੁਕਮ ਆ ਤਾਂ ਫਿਰ। ਪਰ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਤੁਹਾਡਾ ਫੇਮ ਹੈ ਤੁਹਾਨੂੰ ਮਿਲਿਆ, ਉਹ ਤੁਹਾਨੂੰ ਤਿੰਨਾਂ ਇਕੱਠਿਆਂ ਨੂੰ ਮਿਲਿਆ ਕਿ ਇਕੱਲੇ ਇਕੱਲੇ ਨੂੰ? ਇਕੱਠਿਆਂ ਨੂੰ ਜ਼ਿਆਦਾ ਮਿਲਿਆ, ਇਕੱਠਿਆਂ ਨੂੰ ਜ਼ਿਆਦਾ ਗਰੁੱਪ ਨੂੰ ਸਾਨੂੰ ਜ਼ਿਆਦਾ ਪਿਆਰ ਸਰੋਤਿਆਂ ਨੇ ਦਿੱਤਾ, ਔਰ ਉਹ ਚੰਗੀ ਗੱਲ ਵੀ ਹੈ। ਮੈਂ ਇਹ ਕਹਿੰਦਾ ਦੇਖੋ, ਇਕੱਲਿਆਂ ਨੂੰ ਵੀ ਬਹੁਤ ਪਿਆਰ ਕਰਦੇ ਨੇ, ਪਰ ਇਕੱਠਿਆਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ, ਉਹਨਾਂ ਦੇ ਰਿਣੀ ਆ। ਜੇ ਅੱਜ ਅਸੀਂ ਤੁਰੇ ਫਿਰਦੇ ਹਾਂ, ਅੱਜ ਅਸੀਂ ਗਾਉਂਦੇ ਹਾਂ, ਅੱਜ ਸਾਨੂੰ ਲੋਕ ਪਸੰਦ ਕਰਦੇ ਨੇ, ਤਾਂ ਉਹ ਗਰੁੱਪ ਬਹੁਤ ਵੱਡਾ ਹੁੰਦਾ, ਜਿਹੜਾ ਇੱਕ ਅਹਿਮੀਅਤ ਆ ਉਸ। ਸਟਾਰਟਿੰਗ ਤਾਂ ਤੁਸੀਂ ਗਰੁੱਪ ਨਾਲ ਹੀ ਕੀਤੀ ਸੀ, ਬਿਲਕੁਲ, ਬਾਅਦ 'ਚ ਤੁਸੀਂ, ਤੁਹਾਡੇ ਤਿੰਨਾਂ ਦਾ ਫੈਸਲਾ ਸੀ ਕਿ ਇੱਕ ਨੇ ਕਿਹਾ ਨਹੀਂ ਵੀ ਮੈਂ ਤਾਂ ਹੁਣ ਇਕੱਲਾ ਚੱਲਾਂ? ਨਹੀਂ, ਇਹ ਫੈਸਲਾ ਤਿੰਨਾਂ ਦੇ ਸੀ ਵੀ ਇੰਡੀਵਿਜੁਅਲੀ, ਕਿਉਂਕਿ ਇੱਕ ਵਾਰ ਇੰਡੀਵਿਜੁਅਲੀ ਵੀ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ, ਕਈ ਵਾਰੀ ਉਹਦੇ ਵਿੱਚ ਕੀ ਹੈ, ਤੁਹਾਡੇ ਪਰਸਨਲ ਰਿਲੇਸ਼ਨ ਖਰਾਬ ਨਹੀਂ ਹੁੰਦੇ ਲਾਈਫ ਦੇ ਵਿੱਚ, ਠੀਕ ਹੈ ਜੀ, ਉਹ ਤੁਸੀਂ ਬਹੁਤ ਲੰਬੇ ਸਮੇਂ ਲਈ ਚਾਹੁੰਦੇ ਹੋ, ਵਿੱਚ ਨੂੰ ਇਹ ਹੋਣਾ ਚਾਹੀਦਾ, ਕਦੇ ਵੀ ਤੁਹਾਨੂੰ ਇਹ ਨਹੀਂ ਲੱਗਣਾ ਚਾਹੀਦਾ ਵੀ ਹਾਂ ਫਲਾਣਾ ਜਾਂ ਇੱਦਾਂ। ਸੋ ਉਹ ਇੱਕ ਬੈਟਰ ਰਿਲੇਸ਼ਨ ਲਈ ਇੱਕ ਚੰਗਾ ਫੈਸਲਾ। ਜਿੱਦਾਂ ਤੁਹਾਡੇ ਫੈਨ ਨੇ, ਰਾਈਟ, ਤੁਹਾਡੇ ਫੈਨ ਇਕੱਲੇ ਮੁੰਡੇ ਨੇ, ਕੁੜੀਆਂ ਵੀ ਬਹੁਤ, ਕਦੀ ਪਰਸਨਲ ਲਾਈਫ 'ਚ ਪ੍ਰੋਬਲਮ ਆਈ ਇਸ ਚੀਜ਼ ਨੂੰ ਲੈ ਕੇ? ਨਾ ਜੀ, ਉਹ ਮੈਂ ਚੱਕਰ ਇਹ ਆ ਵੀ ਪ੍ਰੋਬਲਮ ਤਾਂ ਨਹੀਂ ਆਈ, ਕੁੜੀਆਂ ਜ਼ਿਆਦਾ ਫੈਨ ਨੇ ਮੇਰੀ, ਤਾਂ ਹੀ ਮੈਂ ਪੁੱਛਿਆ ਕਿ ਮੈਨੂੰ ਲੱਗਦਾ ਸੀ। ਕਦੀ ਇੱਦਾਂ ਪ੍ਰੋਬਲਮ ਨਹੀਂ ਆਈ ਕਿ ਵਾਈਫ ਕਹਿੰਦੇ ਹੁਣ ਵੀ ਨਹੀਂ ਵੀ ਦਿਨ ਤਾਂ ਕੁੜੀਆਂ ਦੇ ਜ਼ਿਆਦਾ ਮੈਸੇਜ ਆਉਂਦੇ ਆ? ਨਹੀਂ ਨਹੀਂ, ਉਹ ਮੇਰਾ ਪ੍ਰੋਫੈਸ਼ਨ ਹੈ, ਉਹ ਪ੍ਰੋਫੈਸ਼ਨ 'ਚ ਕਦੇ ਨਹੀਂ। ਬਹੁਤ ਵਧੀਆ ਕਿ ਤੁਹਾਡੇ ਪਾਰਟਨਰ ਦਾ ਤੁਹਾਨੂੰ ਸਪੋਰਟ ਹੈ, ਸਭ ਤੋਂ ਮੇਨ ਗੱਲ ਇਹ ਹੈ, ਜੇ ਉਹਨਾਂ ਦਾ ਸਪੋਰਟ ਨਾ ਹੋਵੇ ਤਾਂ ਤੁਸੀਂ। ਮੈਂ ਉਹ ਵੀਡੀਓ 'ਚ ਵੀ ਸਮਝ, ਮੈਂ ਜੇ ਸ਼ੂਟਿੰਗ ਤੇ ਲੈ ਜਾਂ ਤਾਂ ਉਹ ਕਹੂਗੀ ਮਾਡਲ ਦੇ ਨੇੜੇ ਤਾਂ ਉਹ ਥੋੜਾ ਜਿਹਾ ਜਾਵੇ, ਸੋ ਇੰਨਾ ਕਰ। ਦੈਟਸ ਗੁੱਡ, ਅਗਰ ਤੁਹਾਡੀ ਆਪਣੀ ਮਿਊਚੁਅਲ ਅੰਡਰਸਟੈਂਡਿੰਗ ਹੈਗੀ ਆ ਤਾਂ ਸਭ ਕੁਝ ਵਧੀਆ ਹੈ। ਬਿਲਕੁਲ, ਜੇ ਦੇਖੋ ਤੁਸੀਂ ਜ਼ਿੰਦਗੀ ਦੇ ਵਿੱਚ ਸੱਚ ਤੇ ਰਹੋ, ਤੁਹਾਨੂੰ ਆਪਣੀਆਂ ਜਿਹੜੀਆਂ ਕਹਿ ਲਓ ਵੀ ਲਿਮਿਟੇਸ਼ਨਸ ਜ਼ਿੰਦਗੀ ਦੀਆਂ ਪਤਾ ਹੋਣੀਆਂ ਚਾਹੀਦੀਆਂ, ਤੁਸੀਂ ਸੱਚੇ ਚਾਹੀਦੇ ਹੋ, ਤੁਸੀਂ ਲੋਇਲ ਚਾਹੀਦੇ ਹੋ, ਤਾਂ ਜ਼ਿੰਦਗੀ 'ਚ ਕਦੇ। ਕਦੀ ਇੱਦਾਂ ਕੁਛ ਹੋਇਆ ਜ਼ਿੰਦਗੀ 'ਚ, ਕਹਿੰਦੇ ਹੁੰਦੇ ਆ ਨਾ ਵੀ ਜਦੇ ਜਦ ਤੱਕ ਕਿਸੇ ਦਾ ਦਿਲ ਨਾ ਟੁੱਟੇ, ਕਿਸੇ ਨੂੰ ਪਿਆਰ ਨਾ ਹੋਵੇ, ਉਹ ਜਿਹੜੇ ਇਮੋਸ਼ਨਸ ਨੇ ਉਹ ਵਰਡਿੰਗ ਦੇ ਵਿੱਚ ਆਉਂਦੇ ਨੇ। ਅੱਛਾ ਜੀ।
ਕਦੀ ਤੁਹਾਡੀ ਲਾਈਫ 'ਚ ਇੱਦਾਂ ਵਿਆਹ ਤੋਂ ਪਹਿਲਾਂ? ਜੇ ਪਿਆਰ ਹੋਇਆ ਤਾਂ ਹੀ ਨਿਆਣਾ ਹੋਇਆ ਤਾਂ ਹੀ ਵਿਆਹ ਹੋਇਆ, ਹੁਣ ਇਹ ਪਿਆਰ ਦਾ ਹੀ ਸਲਾ ਜੀ। ਪਹਿਲਾ ਬੰਦਾ ਜੀ ਵਿਆਹ ਤੋਂ ਬਾਅਦ ਇੰਨਾ ਖੁਸ਼ ਦੇਖਿਆ? ਮੈਂ ਬਹੁਤ ਖੁਸ਼ ਹਾਂ ਜੀ। ਔਰ ਮੇਰਾ ਬੇਟਾ ਹੈ ਦੇਵਾਨ ਸਿੰਘ ਔਜਲਾ, ਤੇ ਉਹ ਹੁਣ ਆਲਮੋਸਟ 7 ਮਹੀਨੇ ਦਾ ਹੋ ਗਿਆ। ਮੈਂ ਬਹੁਤ ਵਧਾਈਆਂ ਜੀ, ਬਹੁਤ ਬਹੁਤ। ਔਰ ਬਹੁਤ ਹੈਪੀ ਹਾਂ ਮੈਂ ਆਪਣੇ ਵਿਆਹ ਤੋਂ, ਜੋ ਖੁਸ਼ੀ ਹੋ ਪਾਈ। ਜਿਹੜੇ ਇਹਨਾਂ ਦੇ ਬਹੁਤ ਜਲਦੀ, ਕਿਉਂਕਿ ਮੈਂ ਐਕਟਿੰਗ ਥੀਏਟਰ ਮੈਂ ਕਰਦਾ ਰਿਹਾ ਤੇ ਨਾਟਕ ਬਹੁਤ ਖੇਡੇ ਨੇ, ਨਾਟਕ ਕਰਦਾ ਰਿਹਾ ਤੇ ਥੀਏਟਰ ਦੇ ਨਾਲ ਜੁੜੇ ਹੋਣ ਕਰਕੇ ਮੈਨੂੰ ਐਕਟਿੰਗ ਦਾ ਸ਼ੌਂਕ ਤਾਂ ਸੀ, ਪਰ ਮੈਂ ਹੋਰ ਹਜੇ ਵੀ ਸਿੱਖ ਰਿਹਾ, ਇਹ ਨਹੀਂ ਕਿ ਮੈਂ ਹੁਣ ਵੀ ਸਿੱਖਦਾ ਹਾਂ ਐਕਟਿੰਗ। ਸਤਿ ਸ਼੍ਰੀ ਅਕਾਲ ਦਰਸ਼ਕੋ, ਆਪਣਾ ਇਹ ਪ੍ਰੋਗਰਾਮ ਜ਼ਿੰਦਗੀ ਦਾ ਸਫ਼ਰ ਆਪਣਾ ਪੰਜਾਬ ਟੀਵੀ 'ਤੇ, ਅੱਜ ਸਾਡੇ ਨਾਲ ਮਨੀ ਔਜਲਾ ਜੀ ਆਏ ਨੇ। ਪਹਿਲਾਂ ਅਮਨ ਜੀ ਇਹਨਾਂ ਨਾਲ ਇੰਟਰਵਿਊ ਕਰ ਰਹੇ ਸੀ, ਬਹੁਤ ਵਧੀਆ ਜਾ ਰਹੀ ਸੀਗੀ, ਮੈਂ ਕਿਹਾ ਫਿਰ ਥੋੜ੍ਹਾ ਮੈਂ ਵੀ ਯੋਗਦਾਨ ਪਾ ਲਿਆ। ਦੇਖੋ ਜੀ, ਜਿਹੜਾ ਯੋਗਦਾਨ ਹੈ ਨਾ ਪੈਂਦਾ ਰਹਿਣਾ ਚਾਹੀਦਾ। ਸਹੀ ਗੱਲ ਆ, ਕਹਿੰਦੇ ਮੈਨੂੰ ਚਾਹ ਬਣਦੀ ਚਾਹ। ਹਾਂਜੀ, ਸਭ ਤੋਂ ਪਹਿਲਾਂ ਉਹ 'ਚ ਆਪਾਂ ਲਾਚੀ ਲੂਚੀ ਸੁੱਟ ਦੇ ਦੀ ਆ, ਬਿਲਕੁਲ ਸਹੀ, ਪੱਤੀ ਵੀ ਪਾ ਦੇ ਦੀ ਆ, ਅਦਰਕ ਵੀ ਪਾਈ ਦਾ, ਜਿੰਨਾ ਚਿਰ ਦੁੱਧ ਨਾ ਨਾ ਪਵੇ ਬਸ ਉਹਨੇ ਤੇ ਚਾਹ ਨਹੀਂ ਬਣਦੀ। ਤੇ ਉਹ ਚਾਹ ਜੇ ਇਸ ਕੱਪ 'ਚ ਨਾ ਪਵੇ ਉਦੋਂ ਤੱਕ ਵੀ ਗੱਲ ਨਹੀਂ ਬਣਦੀ। ਕਮਾਲ ਹੋ ਗਿਆ ਜੀ। ਠੀਕ ਹੈ ਜੀ, ਠੀਕ ਹੈ। ਹੁਣ ਵੀ ਕੱਪ 'ਚ ਹੁਣ ਤੁਸੀਂ ਚਾਹ ਬਣਾ ਕੇ ਤੇ ਕੱਪ 'ਚ ਪਾ ਦੇਣੀ ਹੈ? ਜ਼ਰੂਰ ਪਾਵਾਂਗੇ ਜੀ, ਮਗਰ ਗੱਲ ਇੱਕ ਹੋਰ ਆ। ਹਾਂਜੀ, ਉੱਪਰ ਥੋੜਾ ਦੇਸੀ ਘਿਓ ਪੈਣਾ ਚਾਹੀਦਾ, ਕਹਿੰਦੇ ਮਾੜੇ ਮੋਟੇ ਜਿਹੜੇ ਗਲੇ ਗੁਲੇ ਨਾ ਸੈੱਟ ਹੋ ਜਾਂਦੇ ਆ, ਬਾਕੀ ਭਾਈ ਦੀ ਨਾਲ ਵੀ ਬਹੁਤ ਸੋਹਣੀ ਹੈ। ਮਾੜੇ ਮੋਟੇ ਵਾਲੇ ਬਿਸਕੁਟ ਨਾ ਭੁੱਲੇ ਪਲੀਜ਼, ਨਹੀਂ ਉਹ ਆਪਾਂ ਅਮਨ ਜੀ ਦੀ ਡਿਊਟੀ ਲਾ ਦੇਣੀ ਆ, ਪੀਕੇ ਵਾਲੇ ਬਿਸਕੁਟ। ਬਾ ਠੀਕ ਹੈ ਜੀ, ਠੀਕ ਆ ਜੀ। ਹਾਂਜੀ, ਪਹਿਲਾਂ ਇੱਕ ਗਾਣਾ ਸੁਣੋ ਤਾਂ ਇਹਨਾਂ ਦੇ ਕੋਲੋਂ, ਇਹਨਾਂ ਦੀ ਆਵਾਜ਼ ਸੋਹਣੀ ਹੈ। ਨਹੀਂ, ਆਵਾਜ਼ ਤਾਂ ਬਹੁਤ ਸੋਹਣੀ ਹੈ, ਮੈਂ ਬਾਹਰ ਹੀ ਸੁਣ ਰਿਹਾ। ਤੁਸੀਂ ਇਹਨਾਂ ਦੇ ਟ੍ਰਾਇਲਰ ਆਦੇ ਸੀ ਨਾ, ਮਤਲਬ ਕਿ ਆਹ ਗਾਣਾ ਸੁਣਾ ਦਿਓ, ਕਿਹੜਾ ਨਵਾਂ ਗਾਣਾ ਆ ਰਿਹਾ, ਮੈਂ ਸਾਰੇ ਸੁਣ ਰਿਹਾ ਸੀਗਾ। ਇੱਕ ਵਾਰੀ ਹੋ ਜੇ, ਇੱਕ ਹੋਰ ਸੀਗਾ, ਇੱਕ ਗਾਣਾ ਹੋਰ ਹੋ ਜੇ। ਹਾਂਜੀ, ਜਿਹੜਾ ਤੁਹਾਡਾ ਨਵਾਂ ਗਾਣਾ ਆ ਰਿਹਾ ਨਾ, ਲੇਟੈਸਟ 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 ਤਾਂ ਹੁਣ ਕਈ ਆ ਰਹੇ ਜੀ, ਹੁਣ ਮੈਂ ਤੁਹਾਨੂੰ ਰੋਕਾ ਜਿਹੜਾ ਤੁਹਾਨੂੰ ਪਸੰਦ ਹੋਏ, ਜਿਹੜਾ ਹੁਣ ਮੇਰਾ ਚੱਲ ਰਿਹਾ ਲੇਟੈਸਟ ਆਲਰੇਡੀ ਰੋਕਾ, ਉਹਦਾ ਮਸਤ ਹੋ ਜਾਂਦਾ। ਉਹ ਦੱਸੋ ਇਹਦਾ ਹੱਲ ਜਿਹੜੀ ਪੁੱਛਣੀ ਮੈਂ ਗੱਲ, ਉਹ ਅੱਜ ਬਾਈ ਤੁਹਾਡੇ ਨਾਲ ਯਾਰੋ ਧੋਖਾ ਹੋ ਗਿਆ। ਉਹ ਮੈਨੂੰ ਕਹਿੰਦੀ ਹੁਣ ਮੈਨੂੰ ਫੋਨ ਨਾ ਕਰੀ ਵੇ, ਮੇਰਾ ਯੂਕੇ ਵਾਲੇ ਮੁੰਡੇ ਨਾਲ ਰੋਕਾ ਹੋ ਗਿਆ। ਮੈਨੂੰ ਕਹਿੰਦੀ ਹੁਣ ਮੈਨੂੰ ਫੋਨ ਨਾ ਕਰੀ ਵੇ, ਮੇਰਾ ਯੂਕੇ ਵਾਲੇ ਮੁੰਡੇ ਨਾਲ ਰੋਕਾ ਹੋ ਗਿਆ। ਉਹ ਹੁਣ ਮੈਨੂੰ ਕਹਿੰਦੀ ਵੇ ਤੂੰ ਸਿਰੇ ਦਾ ਕੰਜੂਸ, ਪਾਣੀ ਦੀ ਜਗ੍ਹਾ ਵੀ ਕਦੇ ਪੀਂਦੀ ਸੀਗੀ ਜੂਸ। ਯਾਰਾ ਦੋਸਤਾਂ ਨੂੰ ਕੱਲ ਪਤਾ ਲੱਗਿਆ, ਉਹ ਸਾਰੇ ਕਰਦੇ ਮਜ਼ਾਕ, ਕਹਿੰਦੇ ਸੌਖਾ ਹੋ ਗਿਆ। ਮੈਨੂੰ ਕਹਿੰਦੀ ਹੁਣ ਮੈਨੂੰ ਫੋਨ ਨਾ ਕਰੀ ਵੇ, ਮੇਰਾ ਯੂਕੇ ਵਾਲੇ ਮੁੰਡੇ ਨਾਲ ਰੋਕਾ ਹੋ ਗਿਆ। ਅਮਨ ਜੀ ਤਾੜੀਆਂ ਤਾਂ ਬਣਦੀਆਂ ਹੀ ਆ। ਦੇਖੋ ਜੀ, ਇਹਦੇ ਫਿਰ ਦੋ ਕੁ ਲਾਈਨਾਂ ਥੋੜੀ ਮੈਂ ਕੋਸ਼ਿਸ਼ ਕਰਦਾ ਜੋੜਨ ਦੀਆਂ। ਹਾਂਜੀ, ਪੰਜਾਬੀ 'ਚ ਆਪਣਾ ਹੱਥ ਥੋੜਾ ਵੈਸੇ ਤੰਗ ਹੀ ਆ। ਨਹੀਂ ਭਾਜੀ, ਤੰਗ ਨਹੀਂ ਰੱਖਣਾ ਚਾਹੀਦਾ ਪੰਜਾਬੀ 'ਚ। ਜੇ ਪੰਜਾਬੀ ਭੁੱਲ ਗਏ ਫਿਰ ਆਪਣਾ ਵਜ਼ੂਦ ਹੀ ਭੁੱਲ ਗਏ। ਨਹੀਂ, ਗਾਉਣੇ ਗਾਉਣ 'ਚ ਪੰਜਾਬੀ ਦਾ ਹੱਕ ਔਖਾ ਥੋੜਾ। ਨਹੀਂ ਭਾਜੀ, ਗੱਲ ਇਹ ਆ ਵੀ ਪੰਜਾਬੀ, ਦੇਖੋ ਮੈਂ ਤਾਂ ਪੰਜਾਬੀ ਦਾ ਗੁਣਗਾਣ ਬਹੁਤ ਕਰਦਾ, ਕਿਉਂਕਿ ਪੰਜਾਬੀ ਮਾਂ ਬੋਲੀ ਨੇ ਮੈਨੂੰ ਬਹੁਤ ਕੁਛ ਦਿੱਤਾ। ਕਹਿੰਦਾ ਨਾ ਵੀ ਮਾਂ ਬੋਲੀ ਆ ਦੇਵੋ ਮਾਂ ਦਾ ਪਿਆਰ ਪੰਜਾਬੀ ਨੂੰ, ਰਾਜ ਕਾਕੜੇ ਦੁਨੀਆਂ ਵਿੱਚ ਲਸ਼ਕੋਰ ਪਵੇ, ਰੱਖੋ ਚੰਡ ਕੇ ਇਸ ਤਰ੍ਹਾਂ ਤਲਵਾਰ ਪੰਜਾਬੀ ਨੂੰ, ਮਾਂ ਬੋਲੀ ਆ ਦੇਵੋ ਮਾਂ ਦਾ ਪਿਆਰ ਪੰਜਾਬੀ ਨੂੰ। ਸੋ ਮਾਂ ਬੋਲੀ ਨੇ ਬਹੁਤ ਜੀ, ਆਪਾਂ ਪੰਜਾਬੀ ਬੋਲੀ ਦੀ ਆ। ਹਾਂ ਠੀਕ ਆ, ਮਗਰ ਗਾਉਣਾ ਜਿਹੜਾ ਨਾ ਉਹ ਨਹੀਂ ਪੰਜਾਬੀ 'ਚ ਆਉਂਦਾ। ਅੱਛਾ, ਇਹ ਇਹ ਕੰਮ ਭਾਜੀ ਤੁਹਾਡਾ ਕਸੂਤਾ, ਇਹ ਤਾਂ ਫੇਰ ਹੁਣ ਗਾਉਣਾ ਨਹੀਂ ਪੰਜਾਬੀ 'ਚ ਆਉਂਦਾ। ਇਹਦੇ ਭਾਜੀ ਤਫਤੀਸ਼ ਕੀਤੀ ਜਾਊਗੀ, ਇਹ ਮੈਂ ਜਿਹੜੀ ਚੀਜ਼ ਲਿਖ ਕੇ ਵੀ ਬੋਲਣ ਵਾਲਾ ਗਾ ਕੇ ਮੈਂ ਨਹੀਂ ਸਕਦਾ, ਇਹਦੇ ਉੱਤੇ ਕਿਤਾਬ ਜ਼ਰੂਰ ਜ਼ਰੂਰ ਕਿਤਾਬ ਇੱਕ ਚਾਹੀਦੀ ਆ। ਥੋੜ੍ਹੀ ਜਿਹੀ ਟਿੱਪਣੀ ਮੈਂ ਕਹਿੰਦਾ ਅਮਨ ਜੀ ਨੇ ਹੁਣੇ ਕਰ ਹੀ ਦੇਣੀ ਆ। ਅੱਛਾ, ਨਵੀਆਂ ਤਾਂ ਪੰਜਾਬੀ ਵਾਲੀਆਂ ਨੀ, ਇੰਗਲਿਸ਼ ਵਾਲੀਆਂ ਲੱਗਣਗੀਆਂ ਇੱਧਰ ਤਾਂ। ਦੇਖੋ ਜੀ, ਆਪਾਂ ਸਤਿਕਾਰ ਸਾਰੀਆਂ ਲੈਂਗੁਏਜ ਦਾ ਕਰੀਦਾ ਵਾ, ਹਿੰਦੀ ਪੰਜਾਬੀ ਇੰਗਲਿਸ਼। ਫਿਰ ਤੁਸੀਂ ਇਹ ਕਿੱਦਾਂ ਕਹਿ ਸਕਦੇ ਹੋ ਵੀ ਮੈਂ ਤਾਂ ਪੰਜਾਬੀ ਭੁੱਲ ਗਿਆ?
ਭੁੱਲਿਆ ਮੈਂ ਕਦੋਂ ਗਿਆ, ਮੈਂ ਕਿਹਾ ਹੱਥ ਤੰਗ ਆ ਕਿਉਂ ਤੰਗ ਹੈ ਵੀ ਉਹ ਤਾਂ ਪੰਜਾਬੀ ਹੋ ਗਏ ਪੰਜਾਬੀ ਚ। ਇਸ ਲਈ ਇਹਨਾਂ ਨੇ ਇਹ ਗੱਲ ਕੀਤੀ ਵੀ ਤੁਸੀਂ ਉਹਨਾਂ ਨਾਲ ਬੜੀ ਦੇਰ ਤੋਂ ਕੁਝ ਖਹਿਬਾਜ਼ੀ ਨਹੀਂ ਕਰ ਬਾਜੀ, ਸੋ ਇਹਨਾਂ ਨੇ ਮੇਰੇ ਖਿਆਲ ਤੁਹਾਡੇ ਨਾਲ ਪੰਗਾ ਲੈਣ ਨੂੰ ਸਾਜ਼ਿਸ਼ ਜਿਹੜੀ ਇਹ ਰਚੀ ਹੈ। ਦੇਖੋ ਜੀ ਇਹਨਾਂ ਨੇ ਗੱਲ ਫੜ ਲਈ ਆ ਕਿ ਮਤਲਬ ਕਿ ਅਮਨ ਜੀ ਨੇ ਕੋਈ ਨੁਕਤਾਚੀਨੀ ਕੀਤੀ ਨਹੀਂ ਹੈ। ਨਹੀਂ ਵੈਸੇ ਤੁਸੀਂ ਪੰਜਾਬੀ ਲਿਖ ਲੈਣੇ? ਮੈਂ ਬਿਲਕੁਲ ਲਿਖ ਲੈਣਾ, ਮੈਨੂੰ ਅੰਗਰੇਜ਼ੀ ਲਿਖਣੀ ਨਹੀਂ ਆਉਂਦੀ। ਨਹੀਂ ਮਤਲਬ ਕਿ ਕੰਪਿਊਟਰ ਨਾਲ ਟਾਈਪ ਕਰਦੇ ਜਾਂ ਹੱਥ ਨਾਲ ਪੈਨ ਨਾਲ ਲਿਖਦਾ ਜੀ? ਮੈਨੂੰ ਆਪਣਾ ਇੰਨਾ ਨਹੀਂ ਆਉਂਦੀ ਉਹ, ਆਪਣਾ ਅੰਗਰੇਜ਼ੀ ਚ ਸਿੱਖ ਲਓ, ਟਵਿਸ਼ਨ ਰੱਖ ਲਓ ਤੁਸੀਂ। ਮੈਂ ਤਾਂ ਬੜੀ ਸੋਹਣੀ ਲਿਖ ਲੈਂਦੀ, ਮੈਂ ਵੀ ਲਿਖ ਲੈਂਦਾ। ਮੈਂ ਜਿਹੜੇ ਗੀਤ ਵੀ ਨੇ ਉਹ ਵੀ ਪੰਜਾਬੀ ਚ ਲਿਖਦਾ। ਨਹੀਂ ਉਹ ਤਾਂ ਆਫਕੋਰਸ ਪੰਜਾਬੀ ਚ ਲਿਖਣੇ ਤੁਸੀਂ, ਨਹੀਂ ਮਤਲਬ ਐ ਵੀ ਕਈ ਆਪਣਾ ਰੋਮਨ ਚ ਵੀ ਲਿਖਦੇ ਨੇ, ਜਿਨ੍ਹਾਂ ਨੂੰ ਨਹੀਂ ਪੰਜਾਬੀ ਲਿਖਣੀ ਹੁੰਦੀ ਉਹ ਰੋਮਨ ਚ ਵੀ ਆਪਣਾ ਲਿਖਦੇ ਨੇ ਗੀਤਾਂ ਨੂੰ, ਪਰ ਆਪਾਂ ਪੰਜਾਬੀ ਲਿਖੀ ਦੀ, ਆਪਾਂ ਨੂੰ ਅੰਗਰੇਜ਼ੀ ਆਉਂਦੀ। ਮਤਲਬ ਉਹ ਅੰਗਰੇਜ਼ੀ ਕਿਹੜੇ ਪਿੰਡ ਜਾਣਾ ਨਹੀਂ, ਉਹ ਤਾਂ ਰਾਹ ਕੇ ਪੁੱਛਣਾ ਜਦੋਂ ਆਉਂਦੀ ਨਹੀਂ ਮੈਨੂੰ। ਕਹਿੰਦੇ ਅੰਗਰੇਜ਼ ਚਲੀ ਗਈ, ਅੰਗਰੇਜ਼ੀ ਛੱਡ ਗਏ ਪੰਜਾਬ। ਤੁਹਾਡੇ ਕੋਲ ਹੀ ਸਾਰੀ ਰਹਿ ਗਈ ਮੇਰੇ ਹਿਸਾਬ ਨਾਲ, ਆਪਣੇ ਆਪਣਾ ਤੋਂ ਉੱਚ ਵੀ ਹੱਥ ਤੰਗ ਗਏ। ਸਾਡੇ ਵਾਲੇ ਤਾਂ ਦੇਸੀ ਹੈ ਜੀ, ਨਹੀਂ ਆਪਾਂ ਵਾਲੇ ਦੇਸੀ ਆ। ਦੇਖੋ ਜੀ ਅਸੀਂ ਤਾਂ ਇੰਨੇ ਕੁ ਦੇਸੀ ਹਾਂ ਕਿ ਚਾਹ ਤੋਂ ਬਿਨਾਂ ਆਪਣਾ ਦਿਨ ਨਹੀਂ ਚੜ੍ਹਦਾ। ਚਾਹ ਤੋਂ ਬਿਨਾਂ ਚਾਹ ਤੋਂ ਯਾਦ ਆਇਆ ਭਾਜੀ, ਕੱਪ ਮੇਰਾ ਖਾਲੀ ਪਿਆ। ਪਾਣੀ ਨਾਲ ਹੀ ਸਾੜ ਦਿੱਤਾ ਅੱਜ। ਨਹੀਂ ਨਹੀਂ ਇਹਨਾਂ ਨੂੰ ਚਾਹ ਪਿਆਵਾਂਗੇ। ਮੈਂ ਜਾਣ ਤੋਂ ਪਹਿਲਾਂ ਪੀ ਕੇ ਜਾਣੀ ਹੈ, ਇਹਨਾਂ ਨੂੰ ਪੀ ਕੇ ਜਾਵਾਂ। ਪਰ ਮੈਂ ਅੱਗੇ ਤੋਂ ਇੱਕ ਚੀਜ਼ ਹੋਰ ਸੋਚ ਲਈ, ਮੈਂ ਥਰਮਸ ਚ ਪਾ ਕੇ ਲਿਆ। ਥਰਮਸ ਲਿਆਂਦੀ ਨੀ ਅੱਗੋ, ਨਾ ਕਾਫੀ ਜੁੜੀ ਯਾਰਾ, ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ। ਆਪਾਂ ਤੁਹਾਨੂੰ ਚਾਹ ਵੀ ਪਿਆਵਾਂਗੇ, ਸਭ ਤੋਂ ਵੱਡੀ ਗਲਤੀ ਅਮਨ ਜੀ ਨੇ ਪੁੱਛੀ, ਮੈਂ ਤਾਂ ਤੁਹਾਨੂੰ ਹੁਣੇ ਹੁਣੇ ਜੁਆਇਨ ਕਰ ਰਿਹਾ। ਅਮਨ ਜੀ ਹੁਣ ਗੱਲ ਇਹ ਆ, ਤੁਹਾਨੂੰ ਚਾਹ ਮੈਂ ਪਿਆ ਕੇ ਭੇਜਾਂਗੀ, ਤੁਸੀਂ ਇਹਦੀ ਟੈਨਸ਼ਨ ਨਾ ਲਓ। ਜੇ ਮੈਨੂੰ ਚਾਹ ਨਾ ਭੇਜੀ ਇਹਨਾਂ ਨੇ ਪਿਆ ਕੇ, ਤਾਂ ਸਰੋਤੇ ਮੈਂ ਦੁਬਾਰਾ ਇੰਟਰਵਿਊ ਕਰਨਾ। ਬਿਲਕੁਲ ਬਿਲਕੁਲ, ਤੇ ਮੈਂ ਮੈਨੂੰ ਚਾਹ ਨਹੀਂ ਸੀ ਦਿੱਤੀ ਐਪੀਸੋਡ 2 ਕਾਰੋਬਾਰ ਚਾਹ ਲੈ ਵੋ ਕਿਤੋਂ ਡੋਰ ਤੋਂ ਬਾਹਰ ਨਿਕਲ ਜਾ ਤਾਂ ਚਾਹ। ਜੇ ਕੋਈ ਕਹਿੰਦਾ ਹੋਰ ਭਾਜੀ ਕੀ ਹਾਲ ਹੈ, ਹਾਲ ਵੀ ਦੱਸਦੇ ਚੱਲੇ ਹੋ, ਉਹ ਕੋਈ ਨੀ ਜਾਂਦੇ ਚਾਹ ਹੀ ਪੀ ਜਾ, ਜੇ ਸੜਕ ਤੇ ਪੈ ਗਏ ਚੱਲ ਚਾਹ ਪੀ ਲਈਏ ਯਾਰ ਤੂੰ ਚਾਹ। ਅਸੀਂ ਘਰੇ ਜਦੋਂ ਹੋਇਆ ਸੀ, ਮੇਰੇ ਦਾਦੀ ਜੀ ਸੀ, ਉਹ ਕਹਿੰਦੇ ਹੁੰਦੇ ਸੀ ਬਾਹਰ ਹੀ ਜ਼ਿਆਦਾ ਸ਼ੂਟ ਹੁੰਦੀਆਂ, ਤੁਸੀਂ ਇੰਡੀਆ ਜਾ ਕੇ ਕਰ ਰਹੇ ਹੋ, ਇਹ ਕੀ ਚੱਕਰ ਹੋਇਆ? ਐਕਚੁਅਲੀ ਚੱਕਰ ਇਹ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਮੈਂ ਕਹਿੰਦਾ ਮੂਵੀ ਜਿਹੜੀ ਆ ਰਹੀ ਹੈ ਨਾ, ਪੰਜਾਬੀ ਟ੍ਰੈਡੀਸ਼ਨ ਤੇ ਆ ਰਹੀ ਆ ਵਾ। ਦੇਖੋ ਜਦੋਂ ਤੱਕ ਫਿਰ ਉਹੀ ਗੱਲ ਆ ਗਈ ਭਾਈ, ਤੁਸੀਂ ਜਿਹੜਾ ਪ੍ਰੋਜੈਕਟ ਜਿਹੜਾ ਚੂਜ਼ ਕੀਤਾ ਵਾ ਤੁਹਾਡੀ ਜਿਹੜੀ ਸ਼ੂਟਿੰਗ ਆ ਜੀ, ਮਤਲਬ ਕੈਨੇਡਾ ਐਂਡ ਪੰਜਾਬ ਦੀ ਮਿਕਸ ਕੰਬੀਨੇਸ਼ਨ ਆ ਜਾਂ ਇਕੱਲੇ ਪੰਜਾਬ, ਇਕੱਲੇ ਪੰਜਾਬ? ਇਕੱਲਾ ਪੰਜਾਬ। ਓਕੇ, ਉਹਦੇ ਵਿੱਚ ਸਿਰਫ ਪੰਜਾਬ ਦੀ ਸ਼ੂਟਿੰਗ ਆ। ਔਰ ਮੈਨੂੰ ਇਹ ਲੱਗਦਾ ਬਹੁਤ ਕਨਸੈਪਟ ਮੈਂ ਜਿਹੜਾ ਸੁਣਿਆ ਬਹੁਤ ਮੈਨੂੰ ਵੱਖਰਾ ਕਨਸੈਪਟ ਲੱਗਿਆ, ਜਿਹਦੇ ਕਰਕੇ ਮੈਂ ਹਾਂ ਕੀਤੀ ਯਾਰ। ਉਹ ਇੱਕ ਜੋ ਵੀ ਚੱਲਦਾ ਆ, ਦੇਖੋ ਹਰੇਕ ਦੌਰ ਹੈ, ਹਮੇਸ਼ਾ ਆਪਾਂ ਨੂੰ ਸਮੇਂ ਦੇ ਨਾਲ ਬਦਲਣਾ ਵੀ ਬਦਲਣਾ, ਸੋ ਉਹਨੂੰ ਲੈ ਕੇ ਮੂਵੀ ਆ। ਮੈਨੂੰ ਉਮੀਦ ਆ ਵੀ ਸਰੋਤੇ ਪਸੰਦ, ਮਤਲਬ ਕਿ ਜਿਹੜੀ ਤੁਹਾਡੀ ਮੂਵੀ ਆ, ਇੱਕ ਥੋੜ੍ਹਾ ਪੁੱਛੂੰਗਾ ਜੇ ਕੰਫਰਟੇਬਲ ਹੋ ਤੁਸੀਂ ਦੱਸ ਦਿਓ, ਇਹ ਆਪਣਾ ਫੁੱਲ ਹਾਸਿਆਨਾ ਭਰੀ ਆ ਕਿ ਸਸਪੈਂਸ ਹੈ, ਥ੍ਰਿਲ ਹੈ? ਥ੍ਰਿਲ ਵੀ ਹੈ ਜੀ, ਉਹ ਚ ਐਕਸ਼ਨ ਵੀ ਆ, ਥ੍ਰਿਲ ਵੀ ਆ, ਹਾਸੇ ਵੀ ਨੇ, ਤੇ ਥੋੜਾ ਜਿਹਾ ਸੈਡਨੈਸ ਵੀ ਆ, ਸਾਰਾ ਕੁਝ ਸਾਰਾ ਕੁਝ ਮਿਕਸ। ਪਰ ਇੱਕ ਮੈਸੇਜ ਦੇ ਕੇ ਜਾ, ਮੈਸੇਜ ਮਤਲਬ ਮੈਸੇਜ, ਆਪਾਂ ਉਹੀ ਬਲੀਵ ਕਰਦੇ ਆ ਕਿ ਜਿਹੜੀ ਮੂਵੀ ਆ ਰਹੀ ਆ, ਹਰ ਮੂਵੀ ਇੱਕ ਮੈਸੇਜ ਦਿੰਦੀ ਹੈ। ਮੈਸੇਜ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ, ਜੇ ਅਸੀਂ ਇਸ ਮਾਧਿਅਮ ਰਾਹੀਂ ਜੇ ਤੁਹਾਨੂੰ ਸਰੋਤੇ ਦੇਖਦੇ ਨੇ, ਕੋਈ ਨਾ ਕੋਈ ਮੈਸੇਜ ਤੁਹਾਡੇ ਤੱਕ ਪਹੁੰਚਾਈਏ, ਲੋਕਾਂ ਤੱਕ ਪਹੁੰਚਾਈਏ, ਉਹਦੇ ਵਿੱਚ
ਮੈਂ ਕਹਿੰਦਾ ਸਾਡਾ ਇਖਲਾਕੀ ਫਰਜ਼ ਆ ਉਸ ਚੀਜ਼ ਨੂੰ, ਕਿਉਂਕਿ ਸਾਨੂੰ ਜੇ ਉਹ ਸੁਣਦੇ ਨੇ, ਜੇ ਪਰਮਾਤਮਾ ਨੇ ਸਾਨੂੰ ਇਸ ਕਾਬਿਲ ਬਣਾਇਆ ਵੀ ਸਾਨੂੰ ਸਾਡੇ ਸਰੋਤੇ ਸੁਣਨ, ਜੇ ਸਾਨੂੰ ਲੱਗਦਾ ਵੀ ਕੋਈ ਮੁੱਦਾ ਸਾਨੂੰ ਉਹਨਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ, ਤਾਂ ਮੈਂ ਕਹਿੰਦਾ ਵੀ ਸਾਡੇ ਤੋਂ ਵੱਧ ਭਾਗ। ਹਾਂਜੀ, ਉਹ ਕਹਿੰਦੇ ਨੇ ਜਿਹੜਾ ਇੱਕ ਮੀਡੀਆ ਜਿਹੜਾ ਹੈਗਾ ਵਾ, ਜਿਹੜਾ ਟੀਵੀ ਆ, ਇਹ ਇੱਕ ਸ਼ੀਸ਼ੇ ਦਾ ਕੰਮ ਕਰਦਾ ਵਾ। ਬਿਲਕੁਲ, ਜੋ ਸਮਾਜ 'ਚ ਹੋ ਰਿਹਾ ਵਾ ਉਹ ਮੀਡੀਆ ਬਾਕੀ ਲੋਕਾਂ ਨੂੰ ਦਿਖਾਉਂਦਾ ਵਾ ਕਿ ਸਮਾਜ 'ਚ ਇਹ ਹੋ ਰਿਹਾ ਵਾ, ਇਹ ਤੋਂ ਆਪਾਂ ਕਿਸ ਤਰ੍ਹਾਂ ਬਦਲ ਸਕਦੇ ਹਾਂ, ਆਪਣੇ ਆਪ ਨੂੰ ਸਮਾਜ ਕਿੱਦਾਂ ਚੇਂਜ ਕਰ ਸਕਦੇ ਹਾਂ, ਉਹ ਇੱਕ ਆਪਾਂ ਵਧੀਆ ਮੈਸੇਜ ਦੇ ਕੇ ਹੀ ਕਰ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਜਿਵੇਂ ਮੋਸਟਲੀ ਮੈਂ ਕਾਫੀ ਮੂਵੀਜ਼ ਆਈਆਂ ਇੱਕ ਮੈਸੇਜ ਦਿੰਦੀਆਂ ਨੇ। ਨਹੀਂ, ਬਹੁਤ ਚੰਗੀ ਗੱਲ ਆ, ਹੁਣ ਵਿੱਚ ਜੇ ਜਿੰਨੀਆਂ ਵੀ ਮੂਵੀਜ਼ ਆਈਆਂ ਬਹੁਤ ਵੱਖਰੀਆਂ, ਅੱਛਾ ਸਾਨੂੰ ਸੱਭਿਆਚਾਰ ਨਾਲ ਜੋੜਦੀਆਂ ਅੱਧਿਆਂ ਨੂੰ, ਹੁਣ ਜਿੱਦਾਂ ਬਾਈ ਅਮਰਿੰਦਰ ਉਹਨਾਂ ਦੀਆਂ ਸਾਰੀਆਂ ਮੂਵੀਆਂ ਆਈਆਂ, ਜਾਂ ਹੋਰ ਐਮੀ ਵੀ ਕੀਤੀਆਂ, ਰਣਜੀਤ ਉਹਨੇ ਵੀ ਕੀਤੀਆਂ, ਬਾਬੇ ਵੀਰ ਨੇ, ਸਾਰੇ ਨੇ, ਤਾਂ ਉਹਦੇ ਵਿੱਚ ਕੀ ਆ ਇੱਕ ਕੰਸੈਪਟ ਆ ਰਹੇ ਨੇ। ਅੱਛਾ, ਬਾਹਰਲੇ ਜਿਹੜੇ ਬੱਚੇ ਨੇ ਬਾਹਰਲਿਆਂ ਨੂੰ ਵੀ ਪਤਾ ਲੱਗਦਾ ਕਿ ਹਾਂ ਸਾਡੇ ਸੱਭਿਆਚਾਰ ਵਿਆਹ ਕਿਵੇਂ ਹੁੰਦੇ, ਕੀ ਚੀਜ਼ਾਂ ਸਿੱਠਣੀਆਂ ਕੀ ਹੈ, ਹਨਾ, ਸੁਹਾਗ ਕੀ, ਘੋੜੀਆਂ ਕੀ। ਅੱਜ ਕੱਲ ਇਹ ਬਹੁਤ ਜ਼ਰੂਰੀ, ਨਵੀਂ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੈ ਕਿ ਵਿਆਹ 'ਚ ਕਿੱਦਾਂ ਕੀ ਹੁੰਦਾ ਸੀਗਾ, ਜਾਗੋ ਕੱਢਦੇ ਸੀਗੇ। ਦੇਖੋ ਜੀ, ਗੱਲ ਇਹ ਹੈ ਹੁਣ ਅੱਜ ਦੇ ਵਿਆਹ, ਦੇਖੋ ਮੈਂ ਇਹ ਨਹੀਂ ਕਹਿੰਦਾ, ਮੈਂ ਵੀ ਅੱਜ ਦਾ ਹੀ ਹਾਂ, ਪਰ ਤੁਹਾਨੂੰ ਮਾਪਿਆਂ ਦਾ ਬਹੁਤ ਵੱਡਾ ਹੱਥ ਹੈ, ਤੁਹਾਨੂੰ ਆਪਣੇ ਸੱਭਿਆਚਾਰ ਨਾਲ, ਆਪਣੇ ਪਰਿਵਾਰ ਨਾਲ, ਆਪਣੇ ਪਛੋਕੜ ਨਾਲ। ਤੁਹਾਡੇ ਦਿਮਾਗ 'ਚ ਸੀਗਾ ਕੋਈ ਕਨਸੈਪਟ ਕਿ ਵੀ ਇੱਦਾਂ ਦਾ ਕੁਛ ਹੋਊਗਾ ਤਾਂ ਮੈਂ ਫਿਲਮ ਨੂੰ ਹਾਂ ਕਰਨੀਆਂ ਨੇ ਤੰਨੇ? ਨਹੀਂ, ਦਿਮਾਗ ਦੇ ਵਿੱਚ ਇੱਦਾਂ ਕੁਛ ਨਹੀਂ ਸੀ। ਦੇਖੋ, ਜਿਹੜੀ ਚੀਜ਼ ਸੁਣਨ ਤੁਹਾਨੂੰ ਲੱਗੇ, ਤੁਸੀਂ ਸੁਣਿਆ, ਤੁਹਾਨੂੰ ਇਹ ਚੀਜ਼ ਕੋਈ ਸੁਣ ਕੇ ਸੇਧ ਵੀ ਦੇ ਰਹੀ ਹੈ, ਤੇ ਮੇਰੇ ਖਿਆਲ ਉਹ ਤੋਂ ਵਧੀਆ ਚੀਜ਼ ਕੋਈ ਨਹੀਂ। ਹਾਂਜੀ, ਮਤਲਬ ਕਿ ਪਹਿਲਾਂ ਕੁਛ ਨਹੀਂ ਸੀ ਮਾਇੰਡ 'ਚ ਪ੍ਰਪੇਅਰਡ ਕਿ ਹਾਂ ਵੀ ਮੈਨੂੰ ਇੱਦਾਂ ਦਾ ਟੌਪਿਕ ਚਾਹੀਦਾ। ਪਹਿਲਾਂ ਇਹ ਸੀ ਕਿ ਸੁਣਨਾ, ਸਟੋਰੀ ਕੀ ਹੈ, ਸਟੋਰੀ ਜਦੋਂ ਸੁਣੀ ਉਸ ਤੋਂ ਬਾਅਦ ਵੀ ਹਾਂ ਯਾਰ ਵਾਕਈ ਇਹ ਮੁੱਦਾ ਜਿਹੜਾ ਸਰੋਤਿਆਂ ਅੱਗੇ ਆਉਣਾ ਚਾਹੀਦਾ, ਇਹ ਮੁੱਦਾ ਵਧੀਆ ਆ। ਸੋ ਉਹਦੇ ਹਿਸਾਬ ਨਾਲ ਮੈਨੂੰ ਬਹੁਤ ਠੀਕ ਹੈ। ਇੱਕ ਇਹਦੇ ਨਾਲ ਰਿਲੇਟਡ ਕੁਐਸਚਨ ਆ ਕਿ ਜਿਸ ਤਰ੍ਹਾਂ ਹਰ ਕਲਾਕਾਰ ਦਾ ਇੱਕ ਐਡਮਾਇਰ ਹੁੰਦਾ ਵਾ, ਜਿੱਥੋਂ ਐਡਮਾਇਰ ਹੋ ਕੇ ਬੰਦਾ ਉਸ ਫੀਲਡ ਵੱਲ ਜਾਂਦਾ। ਜੀ, ਜਿਸ ਤਰ੍ਹਾਂ ਤੁਸੀਂ ਗਾਇਕੀ ਵੱਲ ਹਣੀ ਬਾਈ ਹੋਣਾ ਨਾਲ ਟੀਮ ਬਣਾ ਕੇ ਆਪਣਾ ਕਲਾ ਹੋਇਆ, ਜੀ ਮਤਲਬ ਜਹਾਜ਼ ਜਿਹੜਾ ਚੜ੍ਹ ਗਿਆ ਰਨਵੇ ਤੋਂ ਹੁਣ ਫਲਾਈ ਕਰ ਰਿਹਾ, ਨਾਲ ਹੀ ਤੁਸੀਂ ਕਿਹਾ ਕਿ ਆਪਾਂ ਠੀਕ ਹੈ ਹੁਣ ਫਿਲਮਾਂ ਵੱਲ ਵੀ ਤੁਸੀਂ ਆ ਰਹੇ ਹੋ। ਜੀ, ਜਿਸ ਤਰ੍ਹਾਂ ਕਿ ਦਿੱਲੀਓਂ ਕਨੇਡਾ ਆਉਣਾ, ਉਹਨੂੰ ਇੱਕ ਸਟੇ ਮਾਰਨਾ ਪੈਂਦਾ। ਨਹੀਂ ਭਾਜੀ, ਹੁਣ ਡਾਇਰੈਕਟ ਆ ਗਈ, ਹੁਣ ਫਲਾਈ ਡਾਇਰੈਕਟ ਆ ਗਈ, 에ਅਰ ਕੈਨੇਡਾ। ਮੇਰੇ ਕਹਿਣ ਦਾ ਦਿੱਲੀ ਉੜ ਕੇ ਸਿੱਧਾ ਟੋਰਾਂਟੋ। ਨਹੀਂ, ਟੋਰਾਂਟੋ ਹੁੰਦਾ, ਮਤਲਬ ਕਿਸ ਤਰ੍ਹਾਂ ਗਾਇਕੀ ਨਾਲ ਆ ਕੇ ਹੁਣ ਤੁਸੀਂ ਮੂਵੀ ਮੂਵੀ ਵੱਲ ਵੀ ਆ ਰਹੇ ਹੋ। ਇੱਕ ਉਹ ਇੱਕ ਰੈਸਟ ਲੈ ਕੇ ਜਿਸ ਤਰ੍ਹਾਂ ਗਾਣੇ ਥੋੜੇ 3 ਮਹੀਨੇ ਬਾਅਦ 6 ਮਹੀਨੇ ਬਾਅਦ ਆ ਰਿਹਾ, ਇੱਕ ਮਾਈਂਡ ਪ੍ਰਪੇਅਰ ਕੀਤਾ। ਜੀ ਜੀ ਭਾਜੀ, ਉਹਦੇ ਜਦੋਂ ਮੂਵੀ ਵੱਲ ਕਨਵਰਟ ਹੋਏ ਤੁਸੀਂ, ਜੀ, ਤੇ ਕਿੱਦਾਂ ਮਤਲਬ ਇੱਕਦਮ ਝਟਕਾ ਲੱਗਾ ਕਿ ਮੈਂ ਮੂਵੀ ਵੱਲ ਜਾਣਾ ਚਾਹੀਦਾ ਜਾਂ ਮੈਂ ਜਾਵਾਂ, ਜਾਂ ਆਪਣਾ ਤੁਹਾਡੀ ਕੋਈ ਆਰਟਿਸਟ ਸੀਗਾ ਜਿੱਥੋਂ ਐਡਮਾਇਰ ਹੋਏ ਕਿ ਹਾਂ ਯਾਰ ਆਹ ਬੰਦਾ ਬਹੁਤ ਵਧੀਆ ਐਕਟਰ ਆ ਤੇ ਮੈਨੂੰ ਵੀ ਕੁਛ ਕਰਨਾ ਚਾਹੀਦਾ। ਭਾਜੀ, ਮੂਵੀਜ਼ ਦਾ ਇੱਦਾਂ ਸੀ, ਮੈਨੂੰ ਆਫਰ ਤਾਂ ਕਾਫੀ ਟਾਈਮ ਤੋਂ ਜਿਹੜੀਆਂ ਆ ਰਹੀਆਂ ਸੀਗੀਆਂ, ਪਹਿਲਾਂ ਮੈਂ ਕਰ ਨਹੀਂ ਸੀ ਰਿਹਾ ਕਿਉਂਕਿ ਮੈਨੂੰ ਇਹ ਸੀ ਮੈਂ ਐਕਟਿੰਗ ਦੇ ਖੇਤਰ 'ਚ ਆਪਣੇ ਆਪ ਨੂੰ ਹੋਰ ਨਿਖਾਰਾਂ, ਮੈਂ ਹੋਰ ਸਿੱਖਾਂ। ਸੋ ਮੈਨੂੰ ਹੁਣ ਇਹ ਲੱਗਦਾ ਹੈ ਕਿ ਮੈਂ, ਕਿਉਂਕਿ ਮੈਂ ਇੱਕ ਤੁਸੀਂ ਸਕਰੀਨ 'ਤੇ ਆਉਂ ਵੱਡੇ ਪਰਦੇ 'ਤੇ ਦੇਖੋ, ਇੱਕ ਹਾਸੇ ਦਾ ਪਾਤਰ ਨਹੀਂ ਬਣ ਕੇ ਰਹਿ ਜਾਣਾ ਚਾਹੀਦਾ ਤੁਹਾਨੂੰ। ਜੇ ਤੁਹਾਡੀ ਐਕਟਿੰਗ ਸਰੋਤੇ ਪਸੰਦ ਕਰਨਗੇ, ਤੁਹਾਡੀ ਕਲਾ, ਤੁਸੀਂ ਉਸ ਚੀਜ਼ 'ਚ ਪੂਰੇ ਹੋਣੇ ਚਾਹੀਦੇ ਹੋ। ਇਹ ਨਾ ਹੋਵੇ ਤੁਸੀਂ ਅੱਜ ਤੁਹਾਨੂੰ ਨਾਮ ਦੇਖ ਕੇ ਤੁਹਾਡੇ ਕੋਲ ਕੋਈ ਪ੍ਰੋਡਿਊਸਰ ਆ ਗਿਆ, ਤੁਸੀਂ ਫਿਲਮ ਕਰਤੀ, ਕੱਲ੍ਹ ਨੂੰ ਜੇ ਉਹ ਤੁਹਾਨੂੰ ਆਪ ਹੀ ਦੇਖਣੀ ਪਈ, ਉਹਦਾ ਫਾਇਦਾ ਕੀ ਹੋਣਾ ਜੀ? ਅੱਜ ਕੱਲ ਤਾਂ ਸਿੰਗਰ ਤੇ ਐਕਟਰ ਬਣਨਾ ਬਹੁਤ ਸੌਖਾ ਹੋ ਗਿਆ। ਨਹੀਂ, ਸੌਖਾ ਕੋਈ ਨਹੀਂ, ਪਰ ਜਿੱਦਾਂ ਅੱਜ ਕੱਲ ਸਿੰਗਰ ਕਹਿੰਦੇ ਨਹੀਂ ਹੁੰਦੇ, ਕਹਿੰਦੇ ਇੱਟ ਪੱਟ ਉੱਤੇ ਸਿੰਗਰ ਬੈਠਾ ਹੈ। ਐਦਾਂ ਨਹੀਂ, ਦੇਖੋ ਸਿੰਗਰ ਬਣਨ ਲਈ ਵੀ ਮਿਹਨਤ ਚਾਹੀਦੀ, ਇੱਟ ਪੱਟਣ ਦੇ ਨਾਲ ਸਿੰਗਰ ਨਹੀਂ ਬਣਦਾ, ਮਿਹਨਤ ਦੇ ਨਾਲ ਸਿੰਗਰ ਨਹੀਂ। ਪਹਿਲਾਂ ਹੁੰਦਾ ਸੀਗਾ ਨਾ ਕਿ ਜੇ ਕਿਸੇ ਦੀ ਚੰਗੀ ਆਵਾਜ਼ ਹੈ ਤਾਂ ਫੇਰ ਹੀ ਕੋਈ ਡਾਇਰੈਕਟਰ ਪ੍ਰੋਡਿਊਸਰ ਉਹਨੂੰ ਹੱਥ ਪਾਉਂਦਾ ਸੀ, ਹੁਣ ਕੱਲ ਅੱਜ ਕੱਲ ਤਾਂ ਪੈਸਾ ਹੀ ਮੈਟਰ ਕਰਦਾ। ਨਹੀਂ, ਪੈਸਾ ਦੀ ਗੱਲ ਨਹੀਂ ਹੈ, ਹੁਣ ਤੁਸੀਂ ਜਿਹੜਾ ਨਵਾਂ ਟੈਲੈਂਟ ਜਿੰਨਾ ਵੀ ਆਇਆ, ਜਿੰਨਾ ਵੀ, ਮੈਨੂੰ ਨਹੀਂ ਲੱਗਦਾ, ਚਲੋ ਮੈਂ 5% ਦੀ ਗੱਲ ਨਹੀਂ ਕਰਦਾ, ਪਰ 95% ਬਹੁਤ ਟੈਲੈਂਟਡ ਨੇ ਔਰ ਸਿੱਖ ਕੇ ਆ ਰਹੇ ਨੇ, ਔਰ ਹਰੇਕ ਬੰਦਾ ਤਿਆਰ ਹੈ, ਇਹ ਨਹੀਂ ਮੈਂ ਜਿੰਨੇ ਕੁ ਸੁਣਦਾ ਹਾਂ। ਪਰ ਜਦੋਂ ਵੀ ਤੁਸੀਂ ਯੂਟਿਊਬ 'ਤੇ ਚਲੇ ਜਾਓ, ਜਦੋਂ ਵੀ ਤੁਸੀਂ ਪੰਜਾਬੀ ਸੌਂਗ ਸਰਚ ਕਰਦੇ ਆ, ਜੀ, ਬਹੁਤ ਨਵਾਂ ਟੈਲੈਂਟ ਮਿਲਦਾ ਉੱਥੇ, ਪਰ ਉਹ ਨਾ ਕੁਛ ਉਹਨਾਂ ਕੋਲ ਸਿੱਖਿਆ ਹੁੰਦਾ ਨਾ ਕੁਛ ਹੁੰਦਾ, ਬਸ ਉੱਦਾਂ ਹੀ ਇੱਦਾਂ ਪਤਾ ਲੱਗਦਾ ਵੀ ਪੈਸਾ ਦੇ ਕੇ ਹੀ ਕੰਮ ਹੋਇਆ। ਮੈਂ ਉਹੀ ਗੱਲ ਕਿਹਾ, 5% ਦੀ ਮੈਂ ਗੱਲ ਨਹੀਂ ਕਰਦਾ, ਪਰ ਉਸ 5% ਪਿੱਛੇ ਆਪਾਂ 95% ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਔਰ ਉਹਦੇ ਨਾਲ ਇਹ ਗੱਲ ਆ, ਕੋਈ ਵੀ ਬੰਦਾ ਆ ਇਸ ਪ੍ਰੋਫੈਸ਼ਨ 'ਚ ਆਉਂਦਾ, ਅਗਲਾ ਆਪਣੀ ਮਿਹਨਤ ਨਾਲ ਆਉਂਦਾ, ਸਿੱਖ ਕੇ ਆਉਂਦਾ, ਉਹਦੀਆਂ 100 ਰੀਝਾਂ ਹੁੰਦੀਆਂ ਉਸ ਚੀਜ਼ ਨੂੰ ਲੈ ਕੇ, ਬਹੁਤ ਆਪਣਾ ਤਨੋ ਮਨੋ, ਹੈ ਨਾ, ਉਹ ਬੰਦਾ ਉਸ ਚੀਜ਼ 'ਤੇ, ਹਾਂ, ਉਹਨੂੰ ਆਪਾਂ ਉਹਨਾਂ 5% ਕਰਕੇ ਇਹ ਨਹੀਂ ਕਹਿ ਸਕਦੇ ਕਿ ਹਾਂ ਇਹ ਪੈਸੇ ਦੇ ਦੌਰ 'ਤੇ। ਕਈ ਇਹੋ ਜਿਹੇ ਵੀ ਨੇ ਜਿਹਨਾਂ ਕੋਲ ਧੇਲਾ ਵੀ ਨਹੀਂ, ਕਲਾ ਬਹੁਤ ਹੈ, ਕਈ ਇਹੋ ਜਿਹੇ ਵੀ ਨੇ ਜਿਹਨਾਂ ਕੋਲ ਢੇਲਾ ਵੀ ਨਹੀਂ, ਕਲਾ ਵੀ ਨਹੀਂ, ਫਿਰ ਵੀ ਬਹੁਤ ਨੇ। ਉਹਦੇ ਵਿੱਚ ਕੀ ਹੈ, ਸਮਾਂ, ਪਰਮਾਤਮਾ ਨੇ
ਪਰਮਾਤਮਾ ਬਹੁਤ ਵੱਡੀ ਚੀਜ਼ ਹੈ, ਪਰਮਾਤਮਾ ਨੇ ਜਦੋਂ ਜਿਹਦਾ ਵਕਤ ਸੋਚਿਆ ਉਹਦਾ ਉਦੋਂ ਹੀ ਆਉਂਦਾ। ਇਹ ਐਸਾ ਚੀਜ਼ ਹੈ ਕਿ ਰਾਜੇ ਭੀਖ ਮੰਗਣ ਲਾ ਦਿੰਦਾ ਔਰ ਭਿਖਾਰੀ ਨੂੰ ਰਾਜਾ ਬਣਾ ਦਿੰਦਾ, ਪਰਮਾਤਮਾ ਤੋਂ ਉੱਪਰ ਕੁਛ ਨਹੀਂ। ਔਰ ਮਿਹਨਤ ਹੈ ਜਿਹੜੀ, ਮੈਂ ਫਿਰ ਉਸੇ ਗੱਲ 'ਤੇ ਆਉਂਦਾ, ਮਿਹਨਤ ਨੇ ਹੀ ਰੰਗ ਲਿਆਉਣਾ, ਭਾਵਾਂ ਚ ਲਿਆਵੇ ਭਾਵਾਂ ਕਰ ਲਿਆਵੇ। ਜੇ ਕਰਦੇ ਰਹੋਗੇ, ਜਿੱਦਾਂ ਤੁਸੀਂ ਸੋਚਿਆ ਨਾ ਯਾਰ ਮੇਰਾ ਤਾਂ ਇਹ 'ਚ ਕੁਛ ਨਹੀਂ ਬਣਦਾ, ਉਹਦੇ ਸੱਚੀ ਕੁਛ ਨਹੀਂ ਬਣਦਾ, ਕੁਛ ਨਹੀਂ ਬਣਦਾ। ਮਿਹਨਤ ਕਰ ਲੈਣਾ, ਕਹਿੰਦੇ ਆ ਨਾ ਆਪਣਾ ਕੰਮ ਕਰੀ ਚਲੋ, ਬਸ ਤੁਹਾਡੀ ਝੋਲੀ ਡਿੱਗਣਾ ਨਹੀਂ ਡਿੱਗਣਾ ਉਹ ਟਾਈਮ 'ਤੇ ਉਹ ਪਰਮਾਤਮਾ ਨੂੰ, ਪਰਮਾਤਮਾ 'ਤੇ ਆ ਆਪਣਾ ਕੰਮ ਕਰੀ। ਜ਼ਰੂਰ ਹੈ, ਨਹੀਂ ਡਿੱਗਣਾ ਤਾਂ ਹੈ ਹੀ ਨਹੀਂ ਜ਼ਿੰਦਗੀ ਦੇ ਵਿੱਚ। ਜੇ ਤੁਸੀਂ ਪੋਜ਼ਿਟਿਵ ਰਹੋਗੇ ਨਾ ਲਾਈਫ ਦੇ ਵਿੱਚ, ਪੋਜ਼ਿਟਿਵ ਤਾਂ ਹੀ ਮਿਲਣਾ। ਜੇ ਪਹਿਲਾਂ ਜੇ ਕੋਈ ਕੰਮ ਕਰਨਾ, ਹੁਣ ਮੈਂ ਇਹਨੂੰ ਚੱਕਣ ਤੋਂ ਪਹਿਲਾਂ ਇਹ ਸੋਚਾਂ ਵੀ ਇਹ ਖਾਲੀ ਆ ਤਾਂ ਇਹ ਨੈਗੇਟਿਵਿਟੀ, ਜੇ ਮੈਂ ਇਹ ਸੋਚਾਂ ਵੀ ਇਹ ਹੁਣੀ ਭਰ ਜਾਣਾ ਹੈ, ਇਹ ਪੋਜ਼ਿਟਿਵਿਟੀ। ਪੋਜ਼ਿਟਿਵਿਟੀ ਸੋ ਜ਼ਿੰਦਗੀ 'ਚ ਪੋਜ਼ਿਟਿਵ, ਮਗਰ ਇੱਥੋਂ ਇਹ ਪ੍ਰੂਵ ਹੋ ਗਿਆ ਜਿਹੜੇ ਸਾਡੇ ਕੰਮ ਹੈ ਖਾਲੀ ਹੈ, ਇਹ ਨਹੀਂ ਹੈਗੀ, ਇਹ ਭਰ ਜਾਣਗੇ। ਤੁਸੀਂ ਆਸ ਤਾਂ ਦਿੱਤੀ, ਉਮੀਦ ਤਾਂ ਦਿੱਤੀ, ਆਪਾਂ ਸੋ ਮੈਂ ਉਮੀਦ ਦੇ ਨਾਲ ਆਪਾਂ ਚਾਹ ਪਿਆ ਕੇ ਪੀਪੇ ਵਾਲੇ ਬਿਸਕੁਟਾਂ ਨਾ ਹੋ ਕੇ ਭੇਜਣਾ, ਬਸ ਫਿਰ ਠੀਕ ਠੀਕ ਆ। ਜੇ ਤੁਹਾਡੇ ਕੋਲ ਥੋੜਾ ਬਹੁਤ ਟਾਈਮ ਹੋਇਆ ਤਾਂ ਆਪਾਂ ਡਿਨਰ ਵੀ ਕਰਾਂਗੇ, ਬਿਲਕੁਲ। ਅੱਛਾ, ਆਪਣਾ ਮੂਵੀਜ਼ ਤੋਂ ਗੱਲ ਕਰ ਰਹੇ ਸੀਗੇ, ਤੁਹਾਡੀਆਂ ਅਪਕਮਿੰਗ ਮਤਲਬ ਤਿੰਨ ਮੂਵੀਜ਼ ਆਲਮੋਸਟ, ਹਾਂਜੀ ਹਾਂਜੀ, ਉਹ ਬਾਬੇ ਨੇ ਸੁੱਕ ਰੱਖਿਆ ਤੇ ਬਹੁਤ ਜਾਂਦੀ, ਤਿੰਨੋਂ ਇਕੱਠੀਆਂ ਹੀ ਰਿਲੀਜ਼ ਕਰ ਰਹੇ ਹੋ? ਨਹੀਂ ਨਹੀਂ, ਉਹ ਤਾਂ ਟਾਈਮ ਲੱਗਣਾ ਉਹਨਾਂ ਨੂੰ ਸ਼ੂਟਿੰਗਾਂ ਨੂੰ, ਟਾਈਮ ਹੈ ਉਹ ਪਹਿਲਾਂ ਕੀ ਦਾ ਕਦੋਂ ਬਣਦਾ ਹੈ ਸ਼ੂਟਿੰਗ ਦਾ ਕੀ ਦਾ, ਇਹ ਤਾਂ ਪਲੈਨਿੰਗਾਂ ਬਹੁਤ ਪਹਿਲਾਂ ਚੱਲਦੀਆਂ ਹੁੰਦੀਆਂ। ਮੇਰੇ ਮਨ 'ਚ ਨਾ ਬੜੇ ਟਾਈਮ 'ਤੇ ਗੱਲ ਚੱਲਦੀ ਵੀ ਹੈ ਜੀ, ਕਦੀ ਇੱਦਾਂ ਹੋਇਆ ਤੁਸੀਂ ਕਿਤੇ ਮਤਲਬ ਕਿ ਮੰਨ ਲਓ ਆਸਟ੍ਰੇਲੀਆ ਕਿਤੇ ਹੋਰ ਕੰਟਰੀ 'ਚ ਤੁਸੀਂ ਸ਼ੋਅ ਕਰਨ ਗਏ ਹੋ, ਹੋਟਲ ਦੇ ਵਿੱਚ ਰੁਕੇ ਹੋ, ਉੱਥੇ ਛੋਟੇ ਛੋਟੇ ਪਾਊਚ ਹੁੰਦੇ ਨਾ ਸ਼ੈਂਪੂ ਦੇ, ਸੈਨੀਟਾਈਜ਼ਰ ਦੇ, ਕਰੀਮ ਦੇ, ਕਦੀ ਚੱਕੇ ਹੋ? ਕਈ ਵਾਰੀ ਹੁੰਦਾ ਨਾ, ਗੱਲ ਪਤਾ ਕੀ ਆ, ਅਮਨ ਜੀ ਜਦੋਂ ਵੀ ਕਿਤੇ ਜਾਂਦੇ ਨਾ ਹੋਟਲ 'ਚ, ਓ ਮਾਈ ਗੋਡਨੈਸ, ਹਾਂਜੀ ਹਸਬੰਡ ਨਾਲ, ਹਾਂਜੀ ਹਸਬੰਡ ਕਹੂਗਾ ਯਾਰ ਆਪਣਾ ਸ਼ੈਂਪੂ ਵਗੈਰਾ ਫਿਰ ਕੀ ਲੋੜ, ਓ ਮਾਈ ਗੋਡਨੈਸ, ਅੱਛਾ ਜੀ, ਫਿਰ ਜਦੋਂ ਆਉਣਾ ਇਹਨਾਂ ਨੇ ਵਾਪਸ, ਹਸਬੰਡ ਕਹੂਗਾ ਯਾਰ ਸ਼ੈਂਪੂ ਲਿਆਉਣ ਵਾਲੇ, ਤੁਸੀਂ ਪੁੱਛ ਰਹੀ ਆ ਕੀਤਾ ਇਹਦਾ ਮਤਲਬ ਵੀ ਤੁਸੀਂ ਅੱਧੀ ਪੰਜਾਬ ਦੀ ਜਿਹੜੀ ਲਾਈਫ ਜੀ ਨਹੀਂ ਹੈ ਕਿ ਕਹਿ ਸਕਦੇ, ਮੈਂ ਛੁੱਟੀਆਂ 'ਚ ਪਿੰਡੀ ਸੀ ਤੇ ਮੈਂ ਹੁਣ ਜਿਵੇਂ ਜਿਹੜੇ ਹੁਣ ਉੱਥੇ ਪਿੰਡ ਲਾਲਾ ਜੀ ਦੀ ਦੁਕਾਨ ਹੁੰਦੇ ਸੀ, ਉਹਨਾਂ ਨੇ ਝੁੰਗੇ ਦੀ ਕੀ ਲੋੜ ਵੀ ਸੀ, ਉਹ ਜਾਂਦੇ ਨੂੰ ਆਵਾਜ਼ ਮਾਰ ਕੇ ਦੇ ਦਿੰਦੇ ਸੀ, ਉਹ ਰਿਹਾ ਪੁੱਤਾ ਲੈ ਜਾ, ਉਹ ਪਿੰਡ 'ਚ ਤਾਂ ਇੰਨੀ ਕਿ ਪਛਾਣ ਸੀਗੀ, ਵਿਚਾਰੇ ਆਪ ਹੀ ਮੈਨੂੰ ਖਾਣ ਨੂੰ ਦਿੰਦੇ ਸੀ, ਉਹਨਾਂ ਨੂੰ ਪਤਾ ਨਾ ਕਿ ਜੇ ਇਹਨੂੰ ਬੁਲਾ ਕੇ ਨਾ ਦਿੱਤਾ ਇਹਨੇ ਬੋਰੀ ਪਾੜ ਕੇ ਲੈ ਜਾਣਾ, ਇਹ ਵੀ ਹੋ ਸਕਦਾ। ਜਿਵੇਂ ਜਿਵੇਂ ਤੁਸੀਂ ਹੁਣ ਉਹਨਾਂ ਨੂੰ ਇਹ ਸੀਗਾ ਵੀ ਕਿਤੇ ਟੋਫੀ ਪਿੱਛੇ ਜਲੀਲ ਨਾ ਕਰੇ, ਜਿਵੇਂ ਹੁਣ ਤੁਹਾਨੂੰ ਚਾਹ ਪਿੱਛੇ ਕਰ ਰਿਹਾ, ਚਾਹ ਪਿੱਛੇ ਬਾਹਰ ਹੀ ਜਲੀਲ ਹੋ ਗਏ ਜੀ, ਹੁਣ ਤਾਂ ਚਾਹ ਇਹਨਾਂ ਨੂੰ ਪਿਆ ਹੀ ਦਈਏ, ਜਲੀਲ ਨਹੀਂ ਹੋ ਰਹੇ, ਅਸੀਂ ਇੰਜੋਏ ਕਰ ਰਹੇ ਹਾਂ, ਚਾਹ ਕਰ ਰਹੇ ਹਾਂ, ਮਗਰ ਚਾਹ ਤਾਂ ਜ਼ਰੂਰ ਪਿਆਵਾਂਗੇ, ਬਸ ਮੈਂ ਪੀ ਕੇ ਜਾਣੀ ਹੈ, ਇਹ ਕੋਈ ਪੱਕਾ ਟਾਈਮ ਨਹੀਂ ਕਦੋਂ ਪਿਆਵਾਂਗੇ ਪਰ ਜ਼ਰੂਰ ਪਿਆਵਾਂਗੇ, ਕੋਈ ਨਹੀਂ ਹਿੱਲਦਾ ਮੈਂ ਵੀ ਨਹੀਂ ਅੱਜ ਵੇਲੇ ਹੀ ਬਈ ਚਾਹ ਲਿਆ ਦਿਓ ਕਿ ਉਹ ਬੇਇੱਜ਼ਤੀ ਕਰਾਈ ਜਾਂਦੇ ਹੋ, ਕੋਈ ਨਹੀਂ ਆਊਗੀ ਜੀ ਆਊਗੀ, ਕਹਿੰਦੇ ਰਾਹ ਚ ਹਜੇ ਰਾਹ। ਹਾਂਜੀ, ਤੁਹਾਡਾ ਜਿਹੜਾ ਐਕਟਿੰਗ ਦੇ ਖੇਤਰ ਵਿੱਚ ਤੁਸੀਂ ਤੁਹਾਡਾ ਫੇਵਰੇਟ ਆਰਟਿਸਟ ਕਿਹੜਾ ਜੀ, ਤੁਸੀਂ ਸਭ ਤੋਂ ਜ਼ਿਆਦਾ ਐਡਮਾਇਰ ਹੋਏ ਐਕਟਿੰਗ ਦੇ ਵਿੱਚ? ਐਕਟਿੰਗ ਦੇ ਵਿੱਚ ਦੇਖੋ ਮੈਂ ਆਲਵੇਸ, ਮੈਂ ਜਿਹਨੂੰ ਤੁਸੀਂ ਆਈਡੀਅਲ ਮੰਨਦੇ ਹੋ ਕਿ ਹਾਂ ਯਾਰ ਮੇਰਾ ਇਹ ਆਈਡੀਅਲ ਆਰਟਿਸਟ ਹੈਗਾ, ਮੈਂ ਭਾਈ ਗੁਰਸ਼ਾਨ ਸਿੰਘ ਜੀ ਮੰਨਾ ਜੀ, ਉਹ ਥੀਏਟਰ ਦੇ ਗੁਰੂ ਗੁਰੂ ਨੇ, ਉਹ ਮਤਲਬ ਥੀਏਟਰ ਦਾ ਨਾਮ ਜਦੋਂ ਲੈਂਦੇ ਹਾਂ ਤਾਂ ਆਪਾਂ ਉਹਨਾਂ ਦਾ ਨਾਮ ਲਓ, ਉਹਨਾਂ ਦੇ ਅੱਗੇ ਫਿਰਦਾ। ਮੈਂ ਹਮੇਸ਼ਾ, ਮੈਂ ਦੇਖੋ ਮੈਂ ਕੋਈ ਮੈਂ ਕਿਸੇ ਹੀਰੋ ਦਾ ਬਾਹਲਾ ਵੱਡਾ ਫੈਨ ਨਹੀਂ, ਪਰ ਮੈਂ ਕਲਾਕਾਰਾਂ ਦਾ ਬਹੁਤ ਵੱਡਾ ਫੈਨ, ਜਿਹੜੇ ਐਕਟਿੰਗ ਕਰਦੇ ਨੇ, ਜਿਹੜੇ ਥੀਏਟਰ ਨਾਲ ਜੁੜੇ ਨੇ, ਉਹਨਾਂ ਦਾ ਮੈਂ ਬਹੁਤ ਵੱਡਾ ਫੈਨ। ਥੈਂਕ ਯੂ। ਤੁਸੀਂ ਵੀ ਥੀਏਟਰ ਨਾਲ ਹੋ, ਬਹੁਤ ਵਧੀਆ ਗੱਲ ਹੈ। ਦੇਖੋ ਅਸਲੀ ਇਹ ਤੁਸੀਂ ਉਹਨਾਂ ਦੀ ਇੰਟਰਵਿਊ ਕਰਦੇ ਹੋ ਕਿ ਆਪਣੀ ਬੈਕ ਟੂ ਬੈਕ ਦੇ ਰਹੇ ਹੋ? ਦੇਖੋ ਜੀ ਪਤਾ ਕੀ ਹੈ, ਜਦੋਂ ਆਪਾਂ ਆਪਾਂ ਇੰਟਰਵਿਊ ਨਹੀਂ ਕਰ ਰਹੇ, ਆਪਣਾ ਕੈਮਰਾ ਸਟਿਲ ਆਨ ਹੈ, ਆਪਾਂ ਗੱਲਬਾਤ ਕਰ ਰਹੇ ਹਾਂ ਜੀ, ਮਣੀ ਭਾਜੀ ਬਾਰੇ ਕੁਝ ਜਾਣ ਰਹੇ ਹਾਂ, ਦਰਸ਼ਕਾਂ ਨੂੰ ਦੱਸ ਰਹੇ ਹਾਂ ਇਹਨਾਂ ਦੇ ਬਹੁਤ ਫੈਨ ਆ, ਬਿਲਕੁਲ ਇਹਨੂੰ ਕੁਛ ਨਵੀਂ ਚੀਜ਼ ਪਤਾ ਚੱਲਦੀ ਹੈ ਤੁਹਾਡੇ ਬਾਰੇ, ਬਿਲਕੁਲ। ਹੁਣ ਆਪਾਂ ਇੱਕ ਪਟਾਰੀ 'ਚੋਂ ਹੋਰ ਚੀਜ਼ ਬਾਹਰ ਕੱਢਾਂਗੇ ਜੀ, ਠੀਕ ਹੈ ਅਮਨ ਜੀ ਰੈਡੀ? ਹਾਂਜੀ।
ਇਹਨਾਂ ਦੀ ਪਟਾਰੀ ਚ ਕੋਈ ਚੀਜ਼ ਬਾਹਰ ਕੱਢ ਦੀ ਪਟਾਰੀ ਚ ਓਕੇ ਜੀ ਹਾਂਜੀ ਬਾਬਾ ਜੀ ਕੇ ਠੁੱਲੂ ਨਿਕਲਣਾ ਨਹੀਂ ਮੈਂ ਜਿਵੇਂ ਜੀ ਕੱਢਾਂਗਾ ਇਹਨਾਂ ਨੇ ਪਟਾਰੀ ਆਪਣੀ ਤੋਂ ਸੱਪ ਕੱਢ ਲਿਆ ਚਾਹ ਨਹੀਂ ਨਿਕਲਦੀ ਖਾਲੀ ਕੱਪ ਇਹ ਪਟਾਰੀ ਚ ਆਇਆ ਅੱਜ ਮੈਂ ਕਿਹਾ ਇਹਨਾਂ ਨੇ ਇਹਨਾਂ ਸਨੇਕ ਜਿਹਾ ਬਣਾਇਆ ਮੈਂ ਸ਼ਾਇਦ ਕਿਤੇ ਬਾਬਾ ਜੀ ਕਾ ਠੁੱਲੂ ਕੱਢਣ ਲੱਗੇ ਨਹੀਂ ਉਹ ਨਹੀਂ ਕੱਢਣਾ ਆਪਣਾ ਜੀ ਹਾਂਜੀ ਤੁਸੀਂ ਐਕਟਿੰਗ ਜਿਹੜੀ ਆ ਐਕਟਿੰਗ ਤੁਸੀਂ ਇਸ ਜਿਹੜੀ ਕੋਚਿੰਗ ਕਿੱਥੋਂ ਲਈ ਕਿੰਨਾ ਕੋਲੋਂ ਮਤਲਬ ਐਕਟਿੰਗ ਵਗੈਰਾ ਸਿੱਖ ਰਹੇ ਹੋ ਮੈਂ ਆਪਣਾ ਸਾਡੇ ਚੰਡੀਗੜ੍ਹ ਦੇ ਵਿੱਚ ਹੀ ਹੈਗੇ ਨੇ ਅਨੀਤਾ ਸ਼ੁੱਧੀ ਸੀ ਉਹਨਾਂ ਤੋਂ ਵੀ ਬਹੁਤ ਕੁਛ ਮੈਂ ਬਾਕੀ ਮੈਂ ਪਲੇਅ ਬਹੁਤ ਦੇਖਦਾ ਮੈਂ ਮੈਨੂੰ ਦੇਖੋ ਤੁਹਾਨੂੰ ਜ਼ਿਆਦਾ ਪਤਾ ਕਿੱਥੋਂ ਆਉਣਾ ਦੇਖ ਕੇ ਔਰ ਜੇ ਤੁਸੀਂ ਮੈਂ ਥੀਏਟਰ ਮੈਂ ਫਿਲਮਾਂ ਦੇਖਣ ਜ਼ਰੂਰ ਜਾਂਦਾ ਪਰ ਸਭ ਤੋਂ ਜ਼ਿਆਦਾ ਮੈਂ ਨਾਟਕ ਦੇਖਣ ਜਾਂਦਾ ਜੇ ਮੈਨੂੰ ਪਤਾ ਵੀ ਉੱਥੇ ਨਾਟਕ ਹੋ ਰਿਹਾ ਅਤੇ ਮੈਂ ਜੇ ਸਰਦੀਆਂ ਤਾਂ ਲੋਹੀ ਦੀ ਬੁੱਕਲ ਮਾਰਨੀ ਹੈ ਕਿਸੇ ਨੂੰ ਨਹੀਂ ਪਤਾ ਮੈਂ ਨਹੀਂ ਔਜਲਾ ਬੈਠਿਆ ਪਰ ਮੈਂ ਨਾਟਕ ਦੇਖਣ ਜ਼ਰੂਰ ਜਾਂਦਾ ਜੇ ਗਰਮੀਆਂ ਤਾਂ ਵੀ ਚੁੱਪ ਕਰਕੇ ਅਜੇ ਜਾ ਕੇ ਬਹਿ ਜਾਣਾ ਅਤੇ ਨਾਟਕ ਦਾ ਆਨੰਦ ਲੈ ਕੇ ਦੇਖੋ ਜੀ ਜਿਹੜਾ ਕਦੀ ਇੱਦਾਂ ਨਹੀਂ ਹੋਇਆ ਕਿ ਫੜੇ ਗਏ ਹੋ ਬੜੀ ਵਾਰ ਹੋਇਆ ਜੀ ਪਰ ਫਿਰ ਉਹ ਨਾਲ ਦਿਨ ਦੀ ਉਹਨਾਂ ਦੇ ਫੈਨਸ ਦੀਆਂ ਮਿੰਨਤਾਂ ਹੀ ਕਰ ਲਿਓ ਵੀ ਵੀਰ ਬਣ ਕੇ ਨਾਟਕ ਦੇਖ ਲੈਣ ਦੋ ਇਨਸਾਨ ਥੀਏਟਰ ਤੋਂ ਸਿੱਖਦਾ ਲਾਈਵ ਪਰਫਾਰਮੈਂਸ ਜਿਹੜੀ ਚੱਲਦੀ ਆ ਕੰਟੀਨਿਊ ਦੇਖੋ ਜੀ ਉੱਥੇ ਫਿਲਮ ਹੈ ਸ਼ਾਰਟ ਚੱਲ ਰਹੇ ਨੇ ਅੱਛਾ ਸੋਚਦਿਆਂ ਨੂੰ ਵੀ ਐਕਟਿੰਗ ਹੀ ਪਸੰਦ ਆਉਣੀ ਹੈ ਐਟ ਦਾ ਐਂਡ ਤੁਹਾਡਾ ਕਿਰਦਾਰ ਬੋਲੇ ਹੈ ਨਾ ਜਦੋਂ ਫਿਲਮ ਹੈ ਕੋਈ ਸ਼ਾਰਟ ਕਰ ਰਹੇ ਨਹੀਂ ਵਧੀਆ ਦੁਬਾਰਾ ਰੀਟੇਕ ਕਰ ਲਓ ਥੀਏਟਰ 'ਚ ਰੀਟੇਕ ਦਾ ਮੌਕਾ ਨਹੀਂ ਆ ਉਹ ਜੋ ਤੁਹਾਡੇ ਮੂਹਰੇ ਚੱਲ ਰਿਹਾ ਪਰ ਤੁਸੀਂ ਕਦੇ ਥੀਏਟਰ ਦਾ ਪਾਰਟ ਬਣੇ ਮੈਂ ਸਕੂਲ ਟਾਈਮ 'ਚ ਬਹੁਤ ਕੀਤਾ ਜੀ ਸਕੂਲ 'ਚ ਕੀਤਾ ਸਕੂਲ ਟਾਈਮ 'ਚ ਤਾਂ ਤੁਸੀਂ ਬੰਕ ਵੀ ਬਹੁਤ ਮਾਰੇ ਨੇ ਬਸ ਸਾਰਾ ਕੁਝ ਕੀਤਾ ਜੀ ਬਹੁਤ ਕੁਛ ਨਾਲੇ ਬੰਕ ਮਾਰੇ ਨਾਲੇ ਭੰਗੜੇ ਪਾਏ ਨਾਲੇ ਥੀਏਟਰ ਕੀਤੇ ਨਾਲੇ ਗਾਣੇ ਗਾਏ ਸਾਰਾ ਕੁਛ ਅੱਛਾ ਫਿਰ ਗਰਲਫ੍ਰੈਂਡ ਕਿੰਨੀਆਂ ਰਹੀਆਂ ਕਾਲਜ ਟਾਈਮ 'ਚ ਕਿਉਂ ਘਰ ਖਰਾਬ ਕਰਨਾ ਤੁਸੀਂ ਦੇਖੋ ਜੀ ਉਹ ਹਰ ਇੱਕ ਬੰਦੇ ਦੀ ਇੱਕ ਲਾਈਫ ਹੁੰਦੀ ਕਾਲਜ ਲਾਈਫ ਜਦੋਂ ਤੁਹਾਡਾ ਮੈਰਿਜ ਹੋ ਗਈ ਉਹ ਨੈਕਸਟ ਲਾਈਫ ਸ਼ੁਰੂ ਹੋ ਗਈ ਬੁੱਕ ਦਾ ਕਹਿੰਦਾ ਨਾ ਅਗਲਾ ਚੈਪਟਰ ਖੁੱਲ ਗਿਆ ਪਰ ਜੀ ਮੈਂ ਗਰਲਫ੍ਰੈਂਡ ਦਾ ਕੰਮ ਇਹ ਜਾ ਜੀ ਵੀ ਗਰਲਫ੍ਰੈਂਡ ਅਭੀ ਟਾਈਮ ਨਹੀਂ ਕਰ ਰਿਹਾ ਨਾ ਹੀ ਰਿਹਾ ਤੇ ਨਾ ਹੀ ਹੈਗਾ ਉਹਦਾ ਕਾਰਨ ਕੀ ਹੈ ਯਾਰ ਦੋਸਤ ਯਾਰ ਬੇਲੀ ਨਾਲ ਬੀਜ਼ੀ ਦੇਖੋ ਜੀ ਯਾਰ ਬੇਲੀ ਤੇ ਮੈਨੂੰ ਕੰਮ ਦਾ ਜਨੂੰਨ ਜੇ ਤੁਹਾਡੇ ਸਿਰ ਤੇ ਕੰਮ ਦਾ ਜਨੂੰਨ ਹੈ ਨਾ ਫਿਰ ਸਹੇਲੀ ਨਹੀਂ ਦਿਖਦੀ ਸਹੀ ਗੱਲ ਹੈ ਉਹ ਜਿਸ ਤਰ੍ਹਾਂ ਉਹ ਭੱਲਾ ਸਾਹਿਬ ਦਾ ਡਾਇਲੌਗ ਸੀ ਨਾ ਫਿਲਮ ਦੇ ਵਿੱਚ ਕਹਿੰਦਾ ਜੀ ਅੱਜ ਕੱਲ੍ਹ ਸਹੇਲੀ ਬਣਾਉਣੀ ਵੀ ਔਖੀ ਆ ਤੇ ਹਵੇਲੀ ਬਣਾਉਣੀ ਵੀ ਔਖੀ ਆ ਨਾਲ ਹੀ ਉਹ ਕਹਿੰਦੇ ਜੀ ਹਵੇਲੀ ਹੁਣ ਬਣਦੀਆਂ ਨਹੀਂ ਸਹੇਲੀਆਂ ਕਿਸੇ ਨੂੰ ਨਹੀਂ ਮਿਲਦੀ ਦੋਨੋਂ ਕੰਮ ਹੋ ਗਏ ਦੇਖੋ ਜੀ 90% ਕੈਨੇਡਾ ਚੱਲ ਗਿਆ ਤੇ ਉੱਥੇ ਫਿਰ ਜਿਹੜੇ ਬੈਠੇ ਉਹ ਕਹਿੰਦੇ ਸਹੇਲੀ ਕਿੱਥੋਂ ਲੱਭਣੀ ਆ ਫਿਰ ਜਦ ਮੁੰਡੇ ਪੜ੍ਹਦੇ ਨਹੀਂ ਤੇ ਕੁੜੀਆਂ ਨੇ ਤਾਂ ਨਹੀਂ ਮੁੰਡੇ ਪੜ੍ਹਦੇ ਬਹੁਤ ਪੜ੍ਹਦੇ ਆ ਦੇਖੋ ਮੁੰਡੇ ਪੜ੍ਹ ਪੜ੍ਹ ਕੇ ਇੱਥੇ ਅੱਜ ਬੁਲੰਦੀਆਂ ਕਰ ਰਹੇ ਦੇਖੋ ਜੀ ਆਪਣਾ ਕੈਨੇਡਾ ਪੰਜਾਬੀਆਂ ਨੇ ਰਸਨਾਇਆ ਉਹ ਤਾਂ ਪਹਿਲਾਂ ਦੇ ਆਏ ਸਟੂਡੈਂਟ ਤਾਂ ਹੁਣ ਆਏ ਆ ਸਟੂਡੈਂਟ ਤਾਂ ਲਾਸਟ 2 ਇਅਰਸ ਤੋਂ ਆਣੇ ਸ਼ੁਰੂ ਹੋਏ ਵੀ ਬੇਨਤ ਕਰਕੇ ਸੈੱਟ ਹੋ ਰਹੇ ਆ ਆਪਣੇ ਆਪ ਨੂੰ ਰਾਈਜ਼ ਕਰ ਰਹੇ ਆ ਉਹਨਾਂ ਦੀ ਮਿਹਨਤ ਦਾ ਅਸੀਂ ਕਿਸੇ ਨਾਲ ਵੀ ਤੁਲਨਾ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਹੀ ਹਾਰਡ ਵਰਕਰ ਨੇ ਸਭ ਤੋਂ ਔਖਾ ਹੁੰਦਾ ਆਪਣੇ ਮਾਪਾ ਛੱਡਣਾ ਔਰ ਉਹ ਮਾਪੇ ਛੱਡ ਕੇ ਇੱਥੇ ਆ ਕੇ ਇੰਨੀਆਂ ਮਿਹਨਤਾਂ ਕਰ ਰਹੇ ਨੇ ਔਰ ਪੜ੍ਹ ਰਹੇ ਨੇ ਜੋਬਾਂ ਕਰ ਰਹੇ ਨੇ ਤੁਸੀਂ ਇਹ ਦੇਖੋ ਵੀ ਮੈਨੂੰ ਇੱਥੇ ਦੀ ਲਾਈਫ ਮੈਂ ਦੇਖੀ ਹੈ ਇੰਡੀਆ ਬੈਠੇ ਐਂ ਲੱਗ ਸਕਦਾ ਵੀ ਹਾਂ ਉਹਨਾਂ ਦਾ ਮੁੰਡਾ ਉੱਥੇ ਹੈ ਜਾਂ ਉਹਨਾਂ ਦੀ ਕੁੜੀ ਉੱਥੇ ਆਪਣੇ ਸੌਖੇ ਭਾਈ ਉਹ ਫਲਾਣੀ ਕੈਨੇਡਾ ਪਹੁੰਚ ਗਏ ਪਰ ਉਹ ਨਿਆਣੇ ਜਿਹੜੇ ਦੋ ਦੋ ਤਿੰਨ ਤਿੰਨ ਘੰਟੇ ਸੌਂਦੇ ਨੇ ਬਾਕੀ ਪੜ੍ਹਦੇ ਨੇ ਜੋਬਾਂ ਕਰਦੇ ਆ ਇਹ ਸੌਖਾ ਮਗਰ ਭਾਜੀ ਇੱਕ ਇੱਕ ਗੱਲ ਹੋਰ ਆ ਮੈਂ ਇੱਥੇ ਵਰਕ ਕਰ ਰਿਹਾ ਥੋੜ੍ਹਾ ਜਿਹਾ ਜੀ ਇਹਦੇ ਵਿੱਚ ਕਿਤੇ ਨਾ ਕਿਤੇ ਜੀ ਜਿਹੜੇ ਬੱਚਿਆਂ ਨਾਲੋਂ ਜਿਹੜੇ ਪੇਰੈਂਟਸ ਆ ਨਾ ਜੀ ਉਹ ਵੀ ਥੋੜ੍ਹੇ ਜਿਹੇ ਗੁਨਾਹਗਾਰ ਹੈਗੇ ਆ ਜੀ ਜਿਹੜੇ ਕਿ ਮਤਲਬ ਬੱਚਿਆਂ ਦੇ ਸਿਰ 'ਤੇ ਕਈ ਹੁੰਦੇ ਨਾ ਬਾਹਰ ਜਾਣ ਦੀ ਚਾਹ ਆਪਣੇ ਕੋਲ ਨਹੀਂ ਜਾਇਆ ਗਿਆ ਦੇਖੋ ਜਿਹੜੇ ਬੱਚੇ ਵੀ ਆ ਬੱਚੇ ਵੀ ਜਦੋਂ ਫਿਲਮਾਂ 'ਚ ਦੇਖਦੇ ਆ ਬਾਹਰ ਦਾ ਮਾਹੌਲ ਦੇਖਦੇ ਆ ਉੱਥੇ ਇੱਦਾਂ ਵਾ ਬਾਹਰ ਚੱਲੀਏ ਹੁਣ ਉਹਨਾਂ ਨੂੰ ਬਾਹਰ ਦਾ ਜਿਹੜਾ ਸਰਕਮਸਟਾਂਸਿਸ ਆ ਉਹ ਇੰਡੀਆ ਰਹਿ ਕੇ ਰਿਲਾਈਜ਼ ਨਹੀਂ ਹੁੰਦਾ ਪਰ ਪਤਾ ਕੀ ਹੈ ਭਾਜੀ ਇਹਦੇ ਵਿੱਚ ਮੈਂ ਤੁਹਾਡੀ ਗੱਲ ਨੂੰ ਮੈਂ ਇੱਕ ਜਗ੍ਹਾ ਜੇ ਸਾਨੂੰ ਸਾਡੇ ਦੇਸ਼ 'ਚ ਸਾਰਾ ਕੁਛ ਮਿਲੇ ਤਾਂ ਕੋਈ ਬੰਦਾ ਬਾਹਰ ਨਹੀਂ ਜੇ ਨੌਕਰੀਆਂ ਸਾਡੇ ਨੌਜਵਾਨਾਂ ਨੂੰ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਵੀਰਾਂ ਨੂੰ ਉੱਥੇ ਬਹਿ ਕੇ ਮਿਲਣ ਤਾਂ ਬਾਹਰ ਵੱਲ ਕਦੇ ਵੀ ਨਾ ਮੂੰਹ ਕਰ ਇੰਨੇ ਲਿਖੇ ਪੜ੍ਹੇ ਲਿਖੇ ਹੋ ਕੇ ਵੀ ਬੰਦੇ ਨੂੰ ਜਦੋਂ ਕੋਈ ਨੌਕਰੀ ਨਹੀਂ ਮਿਲਣੀ ਉਸ ਖੇਤਰ ਦੀ ਜੋਬ ਨਹੀਂ ਮਿਲਣੀ ਉਹ ਨਿਰਾਸ਼ਾ ਜਿਹੜੀ ਹੈਗੀ ਬਾਹਰ ਵੱਲ ਨੂੰ ਅੱਛਾ ਆਪਾਂ ਕਹਿੰਦੇ ਹਾਂ ਫਲੋ ਆਪਾਂ ਬੜੀਆਂ ਖਬਰਾਂ ਸੁਣੀਆਂ ਸਟੂਡੈਂਟ ਨੇ ਉੱਥੇ ਇੰਡੀਆ ਦੇ ਵਿੱਚ ਬੰਦਾ ਇੰਨਾ ਪੜ੍ਹਿਆ ਉਹਨੇ ਸੁਸਾਈਡ ਕਰ ਲਿਆ ਆਪਣਾ ਕਿਉਂ ਰੁਜ਼ਗਾਰ ਜੇ ਅਸੀਂ ਉੱਥੇ ਰੁਜ਼ਗਾਰ ਮੁਹੱਈਆ ਕਰਾਉਣ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਦੇਖੋ ਅਸੀਂ ਕੁਛ ਵੀ ਨਹੀਂ ਅਸੀਂ ਇੱਕ ਆਮ ਨਾਗਰਿਕ ਹਾਂ ਰਾਈਟ ਸਾਨੂੰ ਰੁਜ਼ਗਾਰ ਸਾਡੇ ਲਈ ਕੰਮ ਸਾਡੀਆਂ ਮਿਹਨਤਾਂ ਦੇ ਬੁੱਲ ਇਹ ਸਾਰਾ ਕੰਮ ਸਰਕਾਰਾਂ ਦਾ ਹੈ ਜੇ ਹਾਕਮ ਚੰਗੇ ਹੋਣ ਤਾਂ ਫਿਰ ਆਪਣੇ ਕਹਿੰਦੇ ਆ ਨਾ ਪ੍ਰਜਾ ਰੋਲਦੀ ਹੁਣ ਪੰਜਾਬ ਦਾ ਹਾਲ ਰੋਲਦੇ ਪਏ ਆ
अपनी जिम्मेवारी समझनी चाहिए और जो देखो भविख कौन है नौजवान नौजवान इन्होंने अगे जाके जो बखे है ना ਕਿਉਂਕਿ ਉਹਨਾਂ ਨਾਲ ਹੀ ਸਾਰਾ ਕੁਛ ਆ ਹੁਣ ਇੱਥੇ ਆ ਕੇ ਵੀ ਮਿਹਨਤਾਂ ਕਰਕੇ ਤੁਸੀਂ ਦੇਖੋ ਸਟੈਬਲਿਸ਼ ਹੋ ਰਹੇ ਨੇ ਆਪਣਾ ਸੈੱਟ ਹੋ ਰਹੇ ਨੇ ਆਪਣਾ ਪਿਛੋਕੜ ਵੀ ਅੱਛਾ ਜਿੰਨੇ ਵੀ ਬੰਦੇ ਤੁਸੀਂ ਆਪਾਂ ਵੀ ਇੱਥੇ ਮਿਲਦੇ ਹਾਂ ਜਿੰਨੇ ਆਪਣੇ ਪੁਰਾਣੇ ਇੱਥੋਂ ਜਾ ਕੇ ਜੇ ਇੱਥੇ ਕਮਾਈਆਂ ਕਰਕੇ ਆਪਣੇ ਪੰਜਾਬ 'ਚ ਹੀ ਲਾਉਂਦੇ ਨੇ ਜਾ ਕੇ ਆਪਣੇ ਭਾਵਾਂ ਘਰਾਂ 'ਤੇ ਹੀ ਲਾ ਰਹੇ ਨੇ ਗੱਲ ਇਹ ਆ ਘੱਟੋ ਘੱਟ ਅੱਛਾ ਅੱਜ ਦੀ ਡੇਟ 'ਚ ਆਪਾਂ ਇਹ ਨਹੀਂ ਕਹਿ ਸਕਦੇ ਪੰਜਾਬ 'ਚ ਅੱਛਾ ਕੱਚੇ ਘਰਾਂ ਕੱਚੇ ਘਰ ਕਿਸੇ ਦੇ ਨਹੀਂ ਕਿਸੇ ਦੇ ਨਹੀਂ ਹੈ जिन्ने मर्जी पढ़े लिखे होन इंडिया तो आए राइट एथे आके कोई भी काम उन्हां नूं करना पाए वो कर लेंदे ने कोई शर्म नहीं मारदी राइट इंडिया च उन्हां नूं शर्म मार जांदी है वी मैं इतना पढ़िया लिखा मैं ये काम क्यों करा शर्म दी गल नहीं गल ये है कि उन्हां नूं ਗੱਲ ਉਹੀ ਹੈ ਕਿੰਨਾ ਮਰਜ਼ੀ ਪੜ੍ਹੇ ਲਿਖਣ ਹੁਣ ਜਦੋਂ ਰੁਜ਼ਗਾਰ ਹੀ ਨਹੀਂ ਉਹ ਕਰਨ ਕੀ ਗੱਲ ਇਹ ਹੈ ਹੁਣ ਇੱਕ ਮੈਂ ਪਿੱਛੇ ਜੇ ਕੋਈ ਨਿਊਜ਼ ਦੇਖੀ ਇੱਕ ਬੰਦੇ ਨੇ ਬੀ ਟੈਕ ਕੀਤੀ ਹੋਈ ਕੰਪਿਊਟਰ ਇੰਜੀਨੀਅਰਿੰਗ ਕੀਤੀ ਆਪਣਾ ਕੰਪਿਊਟਰ ਸਾਇੰਸ ਇਹਦੀ ਬੀ ਟੈਕ ਕਰਕੇ ਉਹ ਬੰਦਾ ਬਠਿੰਡੇ ਦੇ ਰੇਲਵੇ ਸਟੇਸ਼ਨ 'ਤੇ ਕੁਲੀ ਹੈ ਮੇਰੀ ਗੱਲ ਸੁਣੋ ਇੱਕ ਇੰਜੀਨੀਅਰ ਜਿਹਦੇ ਨਾਮ ਅੱਗੇ ER ਲੱਗਦਾ ਜਿਹਨੇ ਬੀ ਟੈਕ ਕੀਤੀ ਹੈ ਉਹ ਵਿਚਾਰਾ ਕੁਲੀ ਦਾ ਕੰਮ ਕਰ ਰਿਹਾ ਤੁਸੀਂ ਦੱਸੋ ਨੌਜਵਾਨ ਨਿਰਾਸ਼ ਨਹੀਂ ਹੋਣਗੇ ਹੋਰ ਸਹੀ ਗੱਲ ਆ ਇਹਦੇ ਨਾਲ ਰਿਲੇਟਡ ਇੱਕ ਹੋਰ ਨਿਊਜ਼ ਸੀ ਜੀ ਇੱਕ ਬੰਦਾ ਡਬਲ MA ਕੀਤੀ ਹੋਈ ਹੈ ਦਿਹਾੜੀ ਕਰ ਰਿਹਾ ਸੀਗਾ ਕਹਿੰਦਾ ਜੀ ਮੈਨੂੰ ਟੀਚਰ ਦੀ ਨੌਕਰੀ ਨਹੀਂ ਮਿਲੀ ਜੀ ਉਹਦੇ ਵਾਸਤੇ ਗਏ ਆ ਡੰਡੇ ਮਾਰ ਕੇ ਭੇਜਿਆ ਗਿਆ ਕਹਿੰਦਾ ਹੁਣ ਮੈਂ ਆਪਣਾ ਪਰਿਵਾਰ ਤੇ ਪਾਲਣਾ ਦੇਖੋ ਉਹੀ ਹੈ ਕਿ ਮੈਂ ਫਿਰ ਉਹੀ ਗੱਲ ਹੈ ਕਿ ਸਮਾਂ ਇਹ ਕਹਿੰਦਾ ਆ ਵੀ ਬਦਲਾਓ ਜੇ ਹਰੇਕ ਚੀਜ਼ 'ਚ ਆਉਣਾ ਚਾਹੀਦਾ ਆ ਤੇ ਜਿਹੜਾ ਫਿਊਚਰ ਉਹਦੇ ਬਾਰੇ ਵੀ ਸੋਚੋ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਹਾਂਜੀ ਆਪਣਾ ਮਨੀ ਭਾਈ ਨਾਲ ਬਹੁਤ ਗੱਲਾਂ ਬਾਤਾਂ ਹੋ ਗਈਆਂ ਮੇਰੇ ਨਾਲ ਤੁਹਾਡੇ ਥੱਕ ਵੀ ਗਏ ਹੋਣੇ ਚਾਹ ਦੀ ਤਾਂਘ ਜਾ ਰਹੀ ਹੈ ਤੇ ਇੱਥੇ ਦਰਸ਼ਕਾਂ ਕੋਲੋਂ ਅਸੀਂ ਇਜਾਜ਼ਤ ਲਵਾਂਗੇ ਤੇ ਫਿਰ ਆਪਣੇ ਨੈਕਸਟ ਐਪੀਸੋਡ 'ਚ ਮਨੀ ਭਾਅ ਜੀ ਕੋਲ ਜੇ ਟਾਈਮ ਹੋਇਆ ਤਾਂ ਆਪਾਂ ਫਿਰ ਇਹਨਾਂ ਨੂੰ ਬੁਲਾਵਾਂਗੇ ਬਿਲਕੁਲ ਜੀ ਬਿਲਕੁਲ ਅੱਜ ਤਾਂ ਆਪਾਂ ਇਹਨਾਂ ਨੂੰ ਚਾਹ ਪਿਆ ਦੇਣੀ ਆ ਉਹ ਦਿਨ ਇਹਨਾਂ ਨੂੰ ਭਾਅ ਜੀ ਨੂੰ ਡਬਲ ਡਬਲ ਪਾਵਾਂਗੇ ਟੀਮ ਆਰਡਰ ਮਿਲੀ ਨਹੀਂ ਨਹੀਂ ਘਰ ਵਾਲੀ ਠੀਕ ਹੈ ਮੈਂ ਘਰੋਂ ਬਣਾ ਕੇ ਲਿਆਵਾਂਗੀ ਗੱਲ ਇਹ ਜੋ ਸੁੱਖ ਛੱਡੂ ਦੇ ਚਵਾਰੇ ਨਾ ਬਲਬਲ ਸੋ ਗੱਲ ਇਹ ਆ ਵੀ ਚੁੱਲ੍ਹੇ ਵਾਲੀ ਠੀਕ ਹੈ ਚਲੋ ਇਹ ਗੱਲ ਚੁੱਲ੍ਹੇ ਵਾਲੀ ਪਿਆਵਾਂਗੇ ਭਾਈ ਨੂੰ ਹੁਣ ਵੀ ਚੁੱਲ੍ਹੇ ਵਾਲੀ ਆਪਾਂ ਬਾਹਰ ਜਾ ਕੇ ਪਿਆਉਣ ਲੱਗੇ ਹਾਂ ਜੀ ਇਸੇ ਨਾਲ ਹੀ ਇਜਾਜ਼ਤ ਲੈਣੇ ਆ ਬਿਲਕੁਲ ਇਜਾਜ਼ਤ ਲੈਣੇ ਆ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਆਏ ਕਿ ਤੁਸੀਂ ਮੈਨੂੰ ਮੇਰੇ ਸਰੋਤਿਆਂ ਨੂੰ ਮੁਖਾਤਬ ਕਰਾਇਆ ਔਰ ਤੁਹਾਡਾ ਸਾਰਿਆਂ ਦਾ ਜਲਦੀਆਂ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ